ਸਤਿ ਸ਼੍ਰੀ ਅਕਾਲ, ਮੈਂ ਹਸਰਨ ਸਿੰਘ ਢੀਂਡਸਾ, ਤੁਸੀਂ ਦੇਖ ਰਹੇ ਹੋ DC 24 ਨਿਊਜ਼। ਦਰਸ਼ਕ, ਤੁਹਾਨੂੰ ਪਤਾ ਹੀ ਹੈ ਅਸੀਂ ਕੋਈ ਨਾ ਕੋਈ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਜੋ ਅੱਜ ਦਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਸ਼੍ਰੋਮਣੀ ਅਕਾਲੀ ਦਲ ਦੋ ਪਾਰ ਹੋ ਚੁੱਕਿਆ ਹੈ। ਤੁਹਾਨੂੰ ਪਤਾ ਹੀ ਹੈ ਇੱਕ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ, ਜੇ ਆਪਾਂ ਕਹਿ ਦਈਏ ਜਿਹੜਾ ਦੋ ਪਾਰ ਹੋਏ ਨੇ, ਜਿਹਨੂੰ ਕਹਿ ਦਈਏ ਆਪਾਂ, ਇੱਕ ਜਿਹੜਾ ਧੜਾ ਕਹਿ ਰਿਹਾ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਜੋ ਇਸ ਟਾਈਮ ਪ੍ਰਧਾਨ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ, ਕਿ ਉਹਨਾਂ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ, ਕਿ ਕਿਤਨਾ ਕਿਤੇ ਪ੍ਰਧਾਨਗੀ ਜੀ ਦੇ ਜੋ ਪ੍ਰਧਾਨ ਨੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੇ ਛਤਰਛਾਇਆ ਹੇਠ ਜੋ ਸ਼੍ਰੋਮਣੀ ਅਕਾਲੀ ਦਲ ਗ੍ਰਾਫ ਹੈ ਉਹ ਬਹੁਤ ਡਾਊਨ ਹੋਇਆ, ਕਿ ਕਿਤਨਾ ਕਿਤੇ ਦਿਨ ਪਰ ਦਿਨ ਜਿਹੜਾ ਗ੍ਰਾਫ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਇਸ ਲਈ ਵੀ ਡਾਊਨ ਹੁੰਦਾ ਜਾ ਰਿਹਾ ਹੈ ਕਿ ਜੋ ਉਹਨਾਂ ਨੇ ਇੱਕ ਮਿਹਨਤ ਕਰਨੀ ਸੀਗੀ ਜਾਂ ਇੱਕ ਗ੍ਰਾਫ ਨੂੰ ਪਾਰਟੀ ਨੂੰ ਉੱਚਾ ਚੱਕਣਾ ਸੀਗਾ ਉਹ ਉਹਨਾਂ ਤੋਂ ਨਹੀਂ ਚੱਕਿਆ ਜਾ ਪਾ ਰਿਹਾ। ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਅੱਜ ਤੋਂ 7-8 ਸਾਲ ਪਹਿਲਾਂ ਡਾਊਨ ਹੁੰਦਾ ਜਾ ਰਿਹਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਉਰੇ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਤਾਂ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਇੱਕ ਸਭ ਤੋਂ ਵੱਡਾ ਪਵਾੜ ਜਿਹੜਾ ਕਹਿ ਦਈਏ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਡਾਊਨ ਹੋਇਆ ਹੈ ਉਹ ਸੀਗਾ ਸਰਸੇ ਵਾਲੇ ਬਾਬੇ ਨੂੰ ਜਾਂ ਸਾਧ ਕਹਿ ਦਿਓ ਉਹਨੂੰ ਮਾਫ਼ੀਨਾਮਾ ਦੇਣਾ, ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨੂੰ ਮਾਫ਼ੀਨਾਮਾ ਦਿੱਤਾ ਹੈ। ਉਸ ਤੋਂ ਬਾਅਦ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜੋ ਮਾੜੇ ਦਿਨ ਨੇ ਜਾਂ ਗ੍ਰਾਫ ਹੈ ਉਹ ਡਾਊਨ ਹੁੰਦੇ ਸਟਾਰਟ ਹੋ ਗਈ। ਉਸ ਤੋਂ ਬਾਅਦ ਕੀ ਹੋਇਆ ਫਿਰ ਨਾਲ ਦੀ ਨਾਲ, ਜਦੋਂ ਤੁਹਾਨੂੰ ਪਤਾ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਰੂਪ ਸੀਗੇ ਉਹਨਾਂ ਦੀ ਬੇਅਦਬੀਆਂ ਹੋਣੀਆਂ ਸਟਾਰਟ ਹੋ ਗਈਆਂ, ਤਾਂ ਕਿਤੇ ਨਾ ਕਿਤੇ ਜੋ ਸੰਗਤ ਹੈ ਉਹਨਾਂ ਦਾ ਇਹੀ ਕਹਿਣਾ ਹੈ ਜਾਂ ਇਹੀ ਮੰਨਣਾ ਹੈ ਕਿ ਕਿਤੇ ਨਾ ਕਿਤੇ ਸਰਸੇ ਵਾਲਾ ਜੋ ਸਾਧ ਹੈ ਜਾਂ ਬਾਬਾ ਹੈ ਉਹਦੇ ਜੋ ਸੇਵਾਦਾਰ ਨੇ ਜਾਂ ਕੁਛ ਸੰਗਤ ਕਹਿ ਦਈਏ ਉਹਨਾਂ ਨੇ ਕਿਤੇ ਨਾ ਕਿਤੇ ਜੋ ਆਪਣੇ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨੇ ਨੇ ਉਹਨਾਂ ਨੂੰ ਖਿਲਾਰਿਆ, ਅਤੇ ਉਹਨਾਂ ਦੀ ਵੀ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ। ਉਸ ਤੋਂ ਇਹ ਗੱਲ ਵਧਦੀ ਵਧਦੀ ਉਸ ਤੋਂ ਬਾਅਦ ਲੋਕਾਂ ਨੇ ਬਰਗਾੜੀ ਹੋ ਗਿਆ, ਉੱਥੇ ਬਾਈਬਲ ਕਲਾਂ ਹੋ ਗਿਆ, ਕਿ ਕਿਤੇ ਨਾ ਕਿਤੇ ਉੱਥੇ ਰੋਜ਼ ਮੁਜ਼ਾਹਰਾ ਕਰਦੇ ਹੋਏ ਸੰਗਤਾਂ ਨੇ ਉੱਥੇ ਨਾਮ ਜਾਪ ਕੀਤਾ, ਅਤੇ ਲੋਕਾਂ ਇਹਦੇ ਬਾਰੇ ਜਦੋਂ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕਿਤੇ ਨਾ ਕਿਤੇ ਉੱਥੋਂ ਥੋੜ੍ਹਾ ਜਿਹਾ ਉਹਨਾਂ ਨੇ ਆਪਣੀ ਜਿਹੜੀ ਇੱਛਾ ਹੈ ਜਿਹੜੀ ਉਹ ਜਤਾਈ ਹੈ, ਨਰਾਜ਼ਗੀ ਜਿਹਨੂੰ ਕਹਿ ਦਈਏ ਆਪਾਂ ਉਹ ਜਤਾਈ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀਗੀ ਉਦੋਂ ਪ੍ਰਕਾਸ਼ ਸਿੰਘ ਬਾਦਲ ਜੋ ਇਸ ਟਾਈਮ ਨਹੀਂ ਰਹੇ ਇਸ ਦੁਨੀਆਂ 'ਤੇ ਉਹਨਾਂ ਨੇ ਕਿਤੇ ਨਾ ਕਿਤੇ ਆਰਡਰ ਦਿੱਤੇ ਉੱਥੋਂ ਸੰਗਤ ਜਿਹੜੀ ਉੱਥੇ ਨਾਮ ਜਾਪ ਕਰ ਰਹੀ ਸੀਗੀ ਉਹਨਾਂ ਨੂੰ ਉਠਾਉਣ ਦੀ। ਉੱਥੇ ਗੋਲੀਕਾਂਡ ਵੀ ਹੁੰਦਾ, ਦੋ ਆਪਣੇ ਸਿੱਖ ਨੌਜਵਾਨ ਸ਼ਹੀਦ ਵੀ ਹੋ ਜਾਂਦੇ ਨੇ। ਉਹ ਗੱਲਾਂ ਚੱਲਦੀਆਂ ਚੱਲਦੀਆਂ ਕਿਤੇ ਨਾ ਕਿਤੇ ਹੁਣ ਇੰਨੀ ਗੱਲ ਵੱਧ ਗਈ ਕਿ ਹੁਣ ਕਿਤੇ ਨਾ ਕਿਤੇ ਜੋ ਸੰਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਨੇਤਾ ਨੇ ਉਹ ਵੀ ਕਿਤੇ ਨਾ ਕਿਤੇ ਇਸ ਭੇਟ 'ਚ ਆ ਗਏ। ਇਲੈਕਸ਼ਨਾਂ ਹੋਈਆਂ, ਇਲੈਕਸ਼ਨਾਂ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦਿਨ ਪਰ ਦਿਨ MLA ਘਟਦੇ ਗਏ, MP ਵੀ ਹੁਣ ਤੁਹਾਨੂੰ ਪਤਾ ਪਿਛਲੀ ਵਾਰ ਜੇਕਰ ਆਪਾਂ ਗੱਲ ਕਰਦੇ ਹਾਂ ਬੀਬਾ ਸਿਮਰਤ ਕੌਰ ਬਾਦਲ ਉਹ MP ਬਣੇ ਸੀਗੇ ਬਠਿੰਡਾ ਤੋਂ, ਫਰੀਦਕੋਟ ਤੋਂ ਗੱਲ ਕਰ ਲੈਂਦੇ ਹਾਂ, ਫਰੀਦਕੋਟ ਤੋਂ ਸਰਦਾਰ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਬਾਦਲ ਉਹ MP ਰਹੇ। ਜੇ ਹੁਣ ਆਪਾਂ 2024 ਦੀਆਂ ਗੱਲਾਂ ਗੱਲ ਕਰਦੇ ਹਾਂ ਤਾਂ 2024 'ਚ ਜੋ ਇਸ ਟਾਈਮ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਸਿਰਫ ਇਕੱਲੇ ਹੀ ਇਲੈਕਸ਼ਨ ਜਿੱਤ ਪਾਏ ਨੇ, ਕਈਆਂ ਦੀਆਂ ਤਾਂ ਐਤਕੀ 13 ਸੀਟਾਂ 'ਚੋਂ ਜ਼ਮਾਨਤਾਂ ਹੀ ਰੱਦ ਹੋ ਗਈਆਂ, ਜ਼ਮਾਨਤਾਂ ਜ਼ਬਤ ਹੋ ਗਈਆਂ।
ਤੇ ਉਸ ਤੋਂ ਬਾਅਦ ਹੁਣ ਕੁਛ ਨੇਤਾ ਨੂੰ ਇਹ ਲੱਗਣ ਲੱਗਿਆ ਜੋ ਹੁਣ ਵਿਰੋਧੀ ਨੇਤ ਜਿਹਨੂੰ ਆ ਕਹਿੰਦੇ ਬਾਗੀ ਧੜਾ ਜਿਹਨੂੰ ਕਹਿ ਦਿੰਦੇ ਆ, ਬਾਗੀ ਧੜੇ ਨੂੰ ਇਹ ਲੱਗਣ ਲੱਗਿਆ ਕਿ ਕਿਤਨਾ ਕਿਤੇ ਜੋ ਸਤਿਕ ਭੁੱਲ ਚੁੱਕ ਹੋਈ ਹੈ, ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਾ ਲਓ, ਸੁਖਬੀਰ ਸਿੰਘ ਬਾਦਲ ਲਾ ਲਓ, ਉਹਨਾਂ ਦੀ ਰਹਿਮ ਹਾਈ ਹੇਠ ਜੋ ਗੱਲਾਂ ਹੋਈਆਂ ਉਹ ਕਿਤਨਾ ਕਿਤੇ ਸਤੋਂ ਨਹੀਂ, ਸਤੋਂ ਜੋ ਗਲਤੀ ਹੈ ਹੋਈ ਹੈ ਪਾਰਟੀ ਤੋਂ ਉਹ ਨਹੀਂ ਹੋਣੀ ਚਾਹੀਦੀ ਸੀ। ਤਾਂ ਉਹਦੇ ਵਿੱਚ ਜੋ ਬਾਗੀ ਧੜਾ ਹੈ ਉਹਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਸਰਦਾਰ ਜੇ ਆਪਾਂ ਗੱਲ ਕਰਦੇ ਹਾਂ ਸਰਦਾਰ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਉਸ ਤੋਂ ਬਾਅਦ ਪ੍ਰੇਮ ਸਿੰਘ ਚੱਦੂ ਮਾਜਰਾ ਅਤੇ ਮਲੁੱਕਾ ਸਾਹਿਬ, ਇਹ ਕੁਛ ਜਥੇ ਨਸੀਨ ਨੇਤਾ ਨੇ ਜੋ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਬਾਗੀ ਜਿਹਨੂੰ ਕਹਿ ਦਈਏ ਵਿਰੋਧੀ, ਉਹ ਬਾਗੀ ਨੇਤਾ ਹੁਣ ਇਹ ਗੱਲ ਕਹਿ ਰਹੇ ਨੇ ਕਿ ਕਿਤਨਾ ਕਿਤੇ ਸਰਦਾਰ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਿਤਨਾ ਕਿਤੇ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਜਾਂ ਉਹਨਾਂ ਨੂੰ ਇੱਥੋਂ ਲੈਣਾ ਚਾਹੀਦਾ ਤਾਂ ਜੋ ਕੋਈ ਹੋਰ ਪ੍ਰਧਾਨ ਬਣਾਇਆ ਜਾਵੇ। ਜੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤੁਹਾਨੂੰ ਪਤਾ ਹੈ ਕਿਤੇ ਨਾ ਕਿਤੇ ਪੰਥਕ ਪਾਰਟੀ ਵੀ ਹੈ। ਜੇ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੀ ਜਾਵੇ ਪੰਜਾਬ ਦੀ, ਉਹਦੀ ਇਹ ਸੇਵਾ ਵੀ ਨਿਭਾ ਰਹੇ ਨੇ ਜਿੰਨੇ ਪੰਜਾਬ ਦੇ ਗੁਰਦੁਆਰੇ ਨੇ, ਉਹ ਕਿਤੇ ਨਾ ਕਿਤੇ ਜਿਹੜੀ ਸੇਵਾ ਹੈ ਉਹ ਇਹਨਾਂ ਕੋਲ ਹੀ ਹੈ। ਤਾਂ ਰਾਜਨੀਤੀ ਔਰ ਧਾਰਮਿਕ ਇਹ ਦੋ ਮਤਲਬ ਸੰਸਥਾ ਨੂੰ ਸ਼੍ਰੋਮਣੀ ਅਕਾਲੀ ਦਲ ਚਲਾ ਰਿਹਾ ਹੈ। ਤਾਂ ਜੋ ਸ਼੍ਰੋਮਣੀ ਅਕਾਲੀ ਦਲ ਹੈ ਇਹਦਾ ਗ੍ਰਾਫ ਹੁਣ ਘਟਣ ਦੇ ਕਾਰਨ ਜਿਹੜੇ ਬਾਗੀ ਨੇਤਾ ਨੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਹਰਿਮੰਦਰ ਸਾਹਿਬ ਜਾ ਕੇ, ਹਰਿਮੰਦਰ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਅਸੀਂ ਭੁੱਲ ਚੁੱਕ ਜਿਹੜੀ ਭੁੱਲ ਹੋਈ ਹੈ ਸਾਤੋਂ, ਅਸੀਂ ਉਹ ਤੋਂ ਇੱਕ ਮਾਫ਼ੀਨਾਮਾ ਦੇ ਕੇ ਵੀ ਆਏ ਨੇ। ਅਤੇ ਉਹ ਮਾਫ਼ੀਨਾਮਾ ਜਦੋਂ ਆਪਣੇ ਅਕਾਲ ਤਖ਼ਤ ਸਾਹਿਬ ਦੇ ਇਸ ਟਾਈਮ ਜਥੇਦਾਰ ਨੇ ਉਹਨਾਂ ਨੇ ਤੁਸੀਂ ਦੇਖਿਆ ਦੋ ਕੁ ਦਿਨ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਵੀ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜੋ ਸਭ ਤੋਂ ਗਲਤੀਆਂ ਹੋਈਆਂ ਤੁਸੀਂ ਆ ਕੇ ਸਪਸ਼ਟੀਕਰਨ ਦਿਓ। ਇੱਕ ਉਹਨਾਂ ਦੇ ਐਲੀਗੇਸ਼ਨ ਇਹ ਲੱਗਿਆ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਇੱਕ ਮਾਫ਼ੀਨਾਮਾ ਦਿੱਤਾ ਗਿਆ ਸੀ ਉਹਨੂੰ ਇੱਕ 93 ਲੱਖ ਕੁਛ ਪੈਸਾ ਉਹਨਾਂ ਨੇ ਉਹ ਜੋ ਇਸ਼ਤਿਹਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਫੰਡ 'ਚੋਂ ਕੀਤੇ ਨੇ। ਇਹ ਕਿੰਨੇ ਸਹੀ ਨੇ ਜਾਂ ਕਿੰਨੇ ਗਲਤ ਨੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਹੁਣ 2 ਫਾੜ ਹੋ ਚੁੱਕੇ ਆ। ਇਹਦਾ ਖੇਮਿਆਜ਼ਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, MLA ਨੇ, MP ਇਲੈਕਸ਼ਨ ਲੜਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਸੰਗਤ ਦਾ ਜੋ ਇੱਕ ਗਿਲਾ ਸ਼ਿਕਵਾ ਹੈ ਉਹਦਾ ਸਾਹਮਣਾ ਕਰਨਾ ਪੈਂਦਾ। ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਜਿਹੜਾ SGPC ਹੈ ਉਹਨਾਂ ਦੀ ਵੀ ਸੇਵਾ ਨਿਭਾ ਰਿਹਾ, ਉਹਦਾ ਵੀ ਕਿਤੇ ਨਾ ਕਿਤੇ ਹੁਣ ਇਫੈਕਟ ਪੈਂਦਾ ਜਾ ਰਿਹਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ SGPC ਦੀਆਂ ਇਲੈਕਸ਼ਨ ਆ ਰਹੀਆਂ ਨੇ, ਉਹ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਡਰ ਇਸ ਗੱਲ ਦਾ ਬੈਠਾ ਹੋਇਆ ਕਿ ਆਉਣ ਵਾਲੇ ਟਾਈਮ 'ਚ ਕਿਤੇ ਜੋ ਸਾਡੇ ਨਾਲ ਹੁਣ ਇੱਕ ਰਾਜਨੀਤੀ 'ਚ ਇੰਨਾ ਸਾਡਾ ਗ੍ਰਾਫ ਡਾਊਨ ਹੋਇਆ ਕਿ ਸਾਨੂੰ ਹੁਣ ਜੋ ਹਾਰ ਦਾ ਸਾਹਮਣਾ ਦੇਖਣਾ ਪਿਆ ਕਿ ਕਿਤੇ ਨਾ ਕਿਤੇ ਸਾਨੂੰ ਜੋ ਹੁਣ ਇਲੈਕਸ਼ਨ ਆਉਣੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਉੱਥੇ ਵੀ ਸਾਨੂੰ ਹਾਰ ਦਾ ਸਾਹਮਣਾ ਨਾ ਕਰਨਾ ਦੇਖਣਾ ਪਵੇ। ਇਸ ਵਿਸ਼ੇ 'ਤੇ ਲੈ ਕੇ ਤੁਸੀਂ ਕੀ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਆ ਕਰੋ, ਸਾਨੂੰ ਕਮੈਂਟ ਕਰਕੇ ਸ਼ੇਅਰ ਕਰਿਆ ਕਰੋ। ਅਤੇ ਜੋ ਬਾਹਰ ਬੈਠੀ ਸੰਗਤ ਹੈ ਸਾਡੀ ਜਾਂ ਦਰਸ਼ਕ ਨੇ, ਜੇ ਆਪਾਂ ਗੱਲ ਕਰਦੇ ਹਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਤਾਂ ਇਹ ਜਿਹੜੇ ਸਾਡੀ ਸੰਗਤ ਜੁੜੀ ਵੀ ਆ, ਸਾਡੇ ਨਾਲ ਦਰਸ਼ਕ ਜੁੜ ਜਾਂਦੇ ਨੇ, ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਪੰਜਾਬ ਦੇ ਹਿੱਤਾਂ ਬਾਰੇ ਜਾਂ ਪੰਜਾਬ ਦੇ ਇੱਕ ਵਿਸ਼ਿਆਂ ਬਾਰੇ
ਕੀ ਗੱਲ ਕਰਨਾ ਚਾਹੁੰਦੇ ਹੋ ਜਾਂ ਕਿਸ ਵਿਸ਼ੇ 'ਤੇ ਆਪਾਂ ਗੱਲ ਕਰੀਏ ਤਾਂ ਉਹਦੇ ਬਾਰੇ ਵੀ ਤੁਸੀਂ ਸਾਨੂੰ SMS ਕਰੋ ਜਾਂ ਸਾਡੇ ਦਿੱਤੇ ਜਿਹੜੇ ਕੋਲ ਨੰਬਰ ਨੇ ਜੋ ਅਸੀਂ ਸਾਡੇ ਵੈਬਸਾਈਟ 'ਤੇ ਚੱਲਦੇ ਨੇ ਸਾਡੇ ਐਪ 'ਤੇ ਚੱਲਦੇ ਨੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਤੁਸੀਂ ਇਸ ਵਿਸ਼ੇ ਬਾਰੇ ਵੱਧ ਤੋਂ ਵੱਧ ਸਾਨੂੰ ਹੋਰ ਵੀ ਗਾਈਡ ਕਰਨਾ ਪੰਜਾਬ ਦੇ ਇੱਕ ਆਪਾਂ ਰੰਗਲਾ ਪੰਜਾਬ ਬਣਾਉਂਦੇ ਹਾਂ ਜਾਂ ਇੱਕ ਨਸ਼ਾ ਪੰਜਾਬ ਮੁਕਤ ਬਣਾਉਂਦੇ ਹਾਂ ਪੰਜਾਬ ਨੂੰ ਕਿਤੇ ਨਾ ਕਿਤੇ ਜੋ ਇੱਕ ਜ਼ਿੰਮੇਵਾਰੀ ਇੱਕ ਇਨਸਾਨੀਅਤ ਤੌਰ 'ਤੇ ਉਹ ਸਾਨੂੰ ਇੱਕ ਜ਼ਿੰਮੇਵਾਰੀ ਜਿਹੜੀ ਚੱਕਣ ਵਾਸਤੇ ਤੁਸੀਂ ਸਾਡੀ ਇੱਕ ਆਪਾਂ ਰਲ ਕੇ ਮਿਲ ਕੇ ਇੱਕ ਹੱਲਾ ਮਾਰਨਾ ਤਾਂ ਜੋ ਜਿਹਦੇ ਨਾਲ ਆਪਾਂ ਇੱਕ ਪੰਜਾਬ ਦੇ ਜੋ ਇੱਕ ਪਹਿਲਾਂ ਪੰਜਾਬ ਸੀਗਾ ਗੁਰੂਆਂ ਪੀਰਾਂ ਦਾ ਪੰਜਾਬ ਸੀਗਾ ਖੇਡਾਂ 'ਚ ਪੰਜਾਬ ਅੱਗੇ ਸੀਗਾ ਇੱਕ ਭਾਈਚਾਰੇ 'ਚ ਪੰਜਾਬ ਅੱਗੇ ਸੀਗਾ ਆਪਾਂ ਉਹ ਪੰਜਾਬ ਨੂੰ ਦੁਬਾਰਾ ਬਣਾ ਸਕੀਏ ਤਾਂ ਹੁਣ ਤੁਸੀਂ ਇਸ ਬਾਰੇ ਆਪਾਂ ਆਪਣੇ ਕਾਲਰ ਜੁੜੇ ਨੇ ਜੀ ਇਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਆਪਣਾ ਜੋ ਵਿਸ਼ਾ ਜੀ ਅੱਜ ਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਗ੍ਰਾਫ ਹੈ ਕੀ ਪ੍ਰਧਾਨ ਬਦਲ ਨਾਲ ਕੀ ਉਹ ਗ੍ਰਾਫ ਉੱਚਾ ਉੱਠ ਪਾਏਗਾ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਪਾਉਣਗੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਦੇਖੋ ਜੇਕਰ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪੰਜਾਬ ਦੇ ਵਿੱਚ ਜੋ ਸਥਿਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕਾਫੀ ਹੇਠਾਂ ਗ੍ਰਾਫ ਡਿੱਗ ਚੁੱਕਿਆ ਹੈ ਅਸੀਂ ਖਬਰਾਂ ਹਰ ਰੋਜ਼ ਹੀ ਦੇਖਦੇ ਹਾਂ ਜਿਹਦੇ ਵਿੱਚ ਲਗਾਤਾਰ ਇਨਫੋਰਮੇਸ਼ਨ ਮਿਲਦੀ ਹੈ ਕਿ ਅਕਾਲੀ ਦਲ ਦੋ ਪਾਰਟ ਦੋ ਹਿੱਸਿਆਂ ਦੇ ਵਿੱਚ ਕਿੱਦਾਂ ਵੰਡਿਆ ਗਿਆ ਹੈ ਇੱਥੇ ਕਿਤੇ ਨਾ ਕਿਤੇ ਦੇਖੋ ਗੱਲ ਆ ਜਾਂਦੀ ਹੈ ਕਿ ਇੱਕ ਜੇਕਰ ਆਪਾਂ ਕੋਈ ਕਮੇਟੀ ਬਣਾਉਂਦੇ ਹਾਂ ਜਾਂ ਫਿਰ ਇੱਕ ਕੋਈ ਪਾਰਟੀ ਬਣਾਉਂਦੇ ਹਾਂ ਤਾਂ ਸਾਰੇ ਹੀ ਬੰਦੇ ਉਸ ਪਾਰਟੀ ਨੂੰ ਚਲਾਉਣ ਲਈ ਜ਼ਿੰਮੇਵਾਰ ਹੁੰਦੇ ਨੇ ਜਿੱਦਾਂ ਹੁਣ ਕਿਹਾ ਵੀ ਜਾ ਰਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹੇਠਾਂ ਉਤਾਰ ਦਿਓ ਤਾਂ ਇੱਥੇ ਨਾ ਸਿਰਫ ਇੱਕ ਬੰਦੇ ਨੂੰ ਹੇਠਾਂ ਉਤਾਰ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਹੋ ਸਕਦਾ ਹੈ ਬਲਕਿ ਇੱਥੇ ਜਿੰਨੇ ਹੋਰ ਮੈਂਬਰ ਨੇ ਫਿਰ ਤਾਂ ਉਹਨਾਂ ਨੂੰ ਵੀ ਹੇਠਾਂ ਉਤਾਰਨਾ ਚਾਹੀਦਾ ਹੈ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਬੰਦੇ ਮਿਲਣਗੇ ਤੇ ਕੀ ਪਤਾ ਫਿਰ ਸ਼ਾਇਦ ਗ੍ਰਾਫ ਵੀ ਉੱਚਾ ਹੋ ਸਕੇ ਬਿਲਕੁਲ ਮੈਮ ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੀ ਹੈ ਤੇ ਰਾਜਨੀਤਿਕ ਪਾਰਟੀ ਵੀ ਹੈ ਤੇ ਅਗਰ ਸਾਨੂੰ ਲੱਗਦਾ ਕਿ ਹੁਣ ਇਹ ਜਿਹੜਾ ਇਸ ਟਾਈਮ ਦੋ ਪਾਰਟ ਹੋਏ ਨੇ ਜਾਂ ਬਾਗੀ ਨੇਤਾ ਜੋ ਬਣੇ ਨੇ ਉਹ ਇਸ ਲਈ ਹੋ ਪਾਏ ਕਿ ਉਹ ਹੁਣ ਪਾਰਟੀ ਨੂੰ ਉੱਚਾ ਚੱਕਣਾ ਚਾਹੁੰਦੇ ਨੇ ਜਾਂ ਇਹਦੇ ਵਿੱਚ ਕੋਈ ਹੋਰ ਸਵਾਰਥ ਆ ਜਿਹੜਾ ਜਾਂ ਉਹ ਹਾਰ ਹੀ ਜਾਂਦੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਵਿਸ਼ਵਾਸ ਖੋ ਚੁੱਕੇ ਨੇ ਉਹ ਜਿਹੜਾ ਵਿਸ਼ਵਾਸ ਖੋਇਆ ਗਿਆ ਉਸ ਵਿਸ਼ਵਾਸ ਨੂੰ ਪਾਲ ਲਈ ਕਿ ਉਹ ਹੁਣ ਪ੍ਰਧਾਨ ਬਦਲਣਾ ਚਾਹੁੰਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਜਿਹੜਾ ਕਿਤੇ ਨਾ ਕਿਤੇ ਸਾਡੇ ਵੀ ਇੱਥੇ ਆਂਢੀ ਗਵਾਂਢੀ ਬਹਿ ਕੇ ਗੱਲਾਂ ਕਰਦੇ ਨੇ ਗਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸ਼ਹਿਰੀ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀ ਪਿੰਡਾਂ ਦੇ ਵਿੱਚ ਗੱਲਾਂ ਚੱਲਦੀਆਂ ਨੇ ਸ਼ਹਿਰੀ ਇਲਾਕਿਆਂ 'ਚ ਵੀ ਚੱਲਦੀਆਂ ਨੇ ਤਾਂ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕਾਂ ਦੇ ਪ੍ਰੋਸਪੈਕਟਿਵ ਤੋਂ ਤਾਂ ਉਹ ਗੱਲ ਲੋਕ ਇੱਥੇ ਇਹ ਕਰ ਰਹੇ ਨੇ ਕਿ ਇੱਥੇ ਸਵਾਲ ਸਿਰਫ ਕੁਰਸੀਆਂ ਦਾ ਹੈ ਹੋਰ ਕੋਈ ਮਸਲਾ ਨਹੀਂ ਹੈ ਇੱਥੇ ਕੁਰਸੀਆਂ ਸਾਡੇ ਤੋਂ ਨਾ ਛਿਨ ਜਾਣ ਇਸ ਚੱਕਰ ਦੇ ਵਿੱਚ ਇਹ ਜਿਹੜਾ ਸਾਰਾ ਮਸਲਾ ਹੋ ਰੱਖਿਆ ਦੋ ਪਾਰਟ ਹੋ ਰੱਖੇ ਨੇ ਜੇਕਰ ਇੱਥੇ ਆਪਾਂ ਗੱਲ ਕਰਦੇ ਹਾਂ ਬਾਕੀ ਕੰਮ ਕਰਨ ਦੀ ਤਾਂ ਸਹੀ ਗੱਲ ਹੈ ਕਿ ਉਸ ਸਮੇਂ ਇਹ ਸਾਰੇ ਲੋਕ ਕਿੱਥੇ ਸੀ ਜਦੋਂ ਕਿਤੇ ਨਾ ਕਿਤੇ ਧਰਮਾਂ ਦੀ ਬੇਅਦਬੀਆਂ ਹੋ ਰਹੀਆਂ ਸੀਗੀਆਂ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਬੰਦ ਦੀ ਸਜ਼ਾ ਨਹੀਂ ਦੇਈ ਜਾ ਰਹੀ ਸੀ ਜਿਹੜੇ ਲੋਕਾਂ ਦਾ ਕਸੂਰ ਸੀ ਤਾਂ ਇੱਥੇ ਸਾਡਾ ਵੀ ਇਹੀ ਸਵਾਲ ਹੈ ਕਿ ਅਕਾਲੀ ਦਲ ਦੇ ਜਿਹੜੇ ਮੈਂਬਰ ਹੁਣ ਉੱਠ ਕੇ ਅੱਗੇ ਆ ਰਹੇ ਨੇ ਹਾਲਾਂਕਿ ਉਹ ਮੈਂਬਰਾਂ ਨੇ ਆਪਣੇ ਵੱਲੋਂ ਤਾਂ ਮਾਫ਼ੀ ਮੰਗ ਲਈ ਹੈ ਅਕਾਲ ਤਖ਼ਤ ਤੋਂ ਆਪਣੇ ਵੱਲੋਂ ਤਾਂ ਉਹਨਾਂ ਨੇ ਆਪਣਾ ਚਿੱਠਾ ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਤਾਂ ਜੀ ਦੋਸ਼ੀ ਸੀ ਸਾਨੂੰ ਮਾਫ਼ ਕਰ ਦਿਓ ਤਾਂ ਫਿਰ ਇੱਥੇ ਸੁਖਬੀਰ ਬਾਦਲ ਵੀ ਮਾਫ਼ੀ ਮੰਗ ਲੈਣਗੇ ਇੱਦਾਂ ਤਾਂ ਫਿਰ ਉਹਨਾਂ ਨੂੰ ਵੀ ਮਾਫ਼ ਕਰ ਦੇਗਾ ਅਕਾਲ ਤਖ਼ਤ
ਕੀ ਇੱਥੇ ਵਾਕਈ ਜਨਤਾ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਨੂੰ ਤਾਂ ਨਹੀਂ ਲੱਗਦਾ ਇੱਥੇ ਜਨਤਾ ਦੇ ਲਈ ਇਹ ਸਾਰਾ ਚੀਜ਼ਾਂ ਹੋ ਰਹੀਆਂ ਨੇ। ਇੱਥੇ ਸਿਰਫ ਆਪਣੀ ਕੁਰਸੀਆਂ ਨੂੰ ਬਚਾਉਣ ਦੇ ਚੱਕਰ 'ਚ ਵੱਡੇ ਵੱਡੇ ਲੀਡਰਾਂ ਇਹ ਦਾਅ ਖੇਲ ਰਹੇ ਨੇ। ਜੀ ਜੀ ਮੈਮ, ਅਗਰ ਆਪਾਂ ਗੱਲ ਕਰੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ, ਦੇਖੋ ਇੰਨੀ ਪੰਥਕ ਪੁਰਾਣੀ ਪਾਰਟੀ ਹੈ, ਇਹਦੇ ਵਿੱਚ ਅਗਰ ਆਪਾਂ ਦੇਖਿਆ ਜਾਵੇ ਗੁਰਚਰਨ ਸਿੰਘ ਟੋੜਾ ਉਹਨਾਂ ਨੇ ਵੀ ਸੇਵਾ ਨਿਭਾਈ ਹੈ, ਅਗਰ ਆਪਾਂ ਸੁਰਜੀਤ ਸਿੰਘ ਇਸ ਟਾਈਮ ਬਰਨਾਲਾ ਉਹਨਾਂ ਨੇ ਸੇਵਾ ਨਿਭਾਈ, ਇਸ ਟਾਈਮ ਕੈਪਟਨ ਕਮਲਜੀਤ ਸਿੰਘ ਉਹ ਵੀ ਇੱਥੇ ਸੇਵਾ ਨਿਭਾ ਕੇ ਇਸ ਦੁਨੀਆਂ ਚੋਂ ਨਹੀਂ ਰਹੇ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਉਹ ਵੀ ਇੱਥੋਂ ਇਸ ਦੁਨੀਆਂ ਤੋਂ ਅਲਵਿਦਾ ਕਹਿ ਚੁੱਕੇ ਨੇ, ਪਰ ਕਿਤੇ ਨਾ ਕਿਤੇ ਜੋ ਉਹ ਪਾਰਟੀ ਮਤਲਬ ਵਰਕਰ ਸੀਗੇ, ਕਿਉਂਕਿ ਵਰਕ ਨਹੀਂ ਕਹਿ ਸਕਦੇ ਆਪਾਂ, ਉਹ ਜੋ ਨੇਤਾ ਸੀਗੇ ਜਿਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਦਾ ਗ੍ਰਾਫ ਇੰਨਾ ਚੱਕਿਆ, ਕਿ ਕਿਤੇ ਨਾ ਕਿਤੇ ਕੁਛ ਗਲਤੀਆਂ ਕਾਰਨ ਇਹ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੋਇਆ, ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿ ਰਾਜਨੀਤੀ ਗਿਰ ਹੋ ਰਹੀ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਸਵਸਥ ਜਾਂ ਕੋਈ ਹੋਰ ਕੋਈ ਕਾਰਨ? ਬਿਲਕੁਲ ਜੀ ਬਿਲਕੁਲ, ਦੇਖੋ ਰਾਜਨੀਤੀ ਹੋ ਰਹੀ ਹੈ, ਸਾਰਾ ਮਸਲਾ ਹੀ ਰਾਜਨੀਤੀ ਦਾ ਹੈ, ਸਵਾਲ ਹੀ ਕੁਰਸੀਆਂ ਦੇ ਨੇ, ਤਾਂ ਹੀ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਆਪੋ ਆਪਣੀ ਕੁਰਸੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਸਾਰੇ ਦਾਅ ਪੇਚ ਖੇਲ ਰਹੇ ਨੇ। ਇੱਥੇ ਜੇਕਰ ਵਾਕਈ ਲੋਕਾਂ ਦੀ ਗੱਲ ਹੁੰਦੀ ਤਾਂ ਫਿਰ ਲੋਕ ਜਿਹੜੇ ਸਵਾਲ ਚੁੱਕ ਰਹੇ ਨੇ, ਜਿੱਦਾਂ ਕਿ ਜੇਕਰ ਆਪਾਂ ਬਾਗੀ ਧੜੇ ਦੀ ਗੱਲ ਕਰ ਲੈਂਦੇ ਹਾਂ, ਤਾਂ ਬਾਗੀ ਧੜਾ ਪਹਿਲਾਂ ਵੀ ਤਾਂ ਉਹਨਾਂ ਨੂੰ ਦਿਖਦਾ ਸੀ ਕਿ ਲੋਕਾਂ ਦੇ ਲਈ ਇੱਥੇ ਚੀਜ਼ਾਂ ਨਹੀਂ ਹੋ ਰਹੀਆਂ, ਬੇਅਦਬੀਆਂ ਹੋ ਰਹੀਆਂ ਨੇ, ਤਾਂ ਇੱਥੇ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਚੀਜ਼ਾਂ ਹੁਣ ਚੱਲ ਰਹੀਆਂ ਨੇ ਇਹ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ। ਜੀ ਜੀ ਹੁਣ ਮੈਮ ਆਪਾਂ ਗੱਲ ਕਰਦੇ ਹਾਂ ਸੁਖਦੀਪ ਸਿੰਘ ਢੀਂਡਸਾ, ਜੋ ਵੀ ਪਿੱਛੇ ਤੁਸੀਂ ਦੇਖਿਆ ਹੋਣਾ 2 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ, ਉਹ ਕਿਤੇ ਨਾ ਕਿਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਨਾਲ ਹੱਥ ਮਿਲਾ ਲਿਆ, ਤੇ ਹੱਥ ਮਿਲਾਉਣ ਤੋਂ ਬਾਅਦ ਜਦੋਂ ਹਾਰ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਪਾਰਟੀ ਦੀ, ਤੇ ਸੰਗਰੂਰ ਤੋਂ ਉਹਨਾਂ ਨੂੰ ਸੀਟ ਨਹੀਂ ਮਿਲੀ, ਸੀਟ ਉਹਨਾਂ ਨੂੰ ਜੋ ਚੁੰਦਾ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਐਮ ਪੀ ਦੀ ਸੰਗਰੂਰ ਵੱਲੋਂ, ਤਾਂ ਕੁਛ ਲੱਗਦਾ ਕਿ ਸਾਨੂੰ ਢੀਂਡਸਾ ਗਰੁੱਪ ਹੈ ਜੋ ਉਹ ਇਸ ਲਈ ਵੀ ਨਾਰਾਜ਼ ਚੱਲਦਾ ਕਿ ਸਾਨੂੰ ਇੱਥੋਂ ਸੀਟ ਨਹੀਂ ਮਿਲੀ, ਟਿਕਟ ਨਹੀਂ ਮਿਲੀ, ਤਾਂ ਹੀ ਉਹ ਜਿਹੜਾ ਧੜਾ ਬਣਿਆ ਉਹਦੇ ਵਿੱਚ ਸ਼ਾਮਿਲ ਹੋਏ ਨੇ। ਦੇਖੋ ਨਵਾਂ ਧੜਾ ਹੋਵੇ ਪੁਰਾਣਾ ਧੜਾ ਹੋਵੇ, ਕਿਉਂਕਿ ਧੜੇ ਦੋ ਬਣ ਚੁੱਕੇ ਨੇ ਹੁਣ, ਇੱਕ ਤਾਂ ਚਾਹੁੰਦਾ ਸੁਖਬੀਰ ਬਾਦਲ ਰਹਿਣ, ਦੂਜਾ ਚਾਹੁੰਦਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਹੇਠਾਂ ਉਤਰਨ। ਜਿੱਦਾਂ ਕਿ ਮੈਂ ਤੁਹਾਡਾ ਲਾਈਵ ਪ੍ਰੋਗਰਾਮ ਵੀ ਦੇਖ ਰਹੀ ਸੀ, ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣੀ ਜਿਹੜੀ ਲਾਈਨ ਲਿਖੀ ਹੋਈ ਹੈ ਕਿ ਇੱਥੇ ਪ੍ਰਧਾਨਗੀ ਜਿਹੜੀ ਹੈ ਨਵਾਂ ਪ੍ਰਧਾਨ ਕੀ ਗ੍ਰਾਫ ਨੂੰ ਉੱਚਾ ਚੁੱਕ ਸਕੇਗਾ। ਦੇਖੋ ਇੱਥੇ ਕੋਈ ਗਰੰਟੀ ਨਹੀਂ ਹੈ ਕਿ ਨਵਾਂ ਪ੍ਰਧਾਨ ਵੀ ਗ੍ਰਾਫ ਨੂੰ ਉੱਚਾ ਚੁੱਕ ਸਕੇ, ਕੀ ਪਤਾ ਪਾਰਟੀ ਬਿਲਕੁਲ ਹੀ ਖਤਮ ਹੋ ਜਾਏ। ਪਰ ਜੇਕਰ ਆਪਾਂ ਹੁਣ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ, ਤਾਂ ਇੱਥੇ ਦੇਖੋ ਇੰਨਾ ਕੁ ਸਬਕ ਜ਼ਰੂਰ ਮਿਲ ਚੁੱਕਿਆ ਸਾਰੇ ਹੀ ਲੀਡਰਾਂ ਨੂੰ ਕਿ ਅਕਾਲੀ ਦਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜੋ ਪਹਿਲਾਂ ਚੱਲ ਰਹੀਆਂ ਸੀ, ਜੇਕਰ ਉਹਨਾਂ ਦੇ ਵਿੱਚ ਕੁਛ ਸੁਧਾਰ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਪਾਰਟੀ ਥੋੜੀ ਮਜ਼ਬੂਤ ਹੋ ਸਕਦੀ ਹੈ। ਜਿਵੇਂ ਅੱਜ ਇੱਕ ਹੋਰ ਮੈਂ ਕਿਤੇ ਦੇਖੀ ਸੀ ਖਬਰ, ਉਸਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜਾ ਗ੍ਰਾਫ ਹੈ ਉਹ ਡਿੱਗਣ ਦਾ ਕਾਰਨ ਜਿਹੜਾ ਹੈ ਉਹ ਇਹੀ ਹੈ ਕਿ ਦੇਖੋ ਉਸ ਸਮੇਂ ਬੇਅਦਬੀਆਂ ਹੋਈਆਂ ਨੇ, ਵਾਅਦੇ ਲੀਡਰ ਇੰਨੇ ਵੱਡੇ ਵੱਡੇ ਕਰਦੇ ਨੇ ਪਰ ਵਾਅਦਿਆਂ ਦੇ ਉੱਤੇ ਕੋਈ ਖਰਾ ਨਹੀਂ ਉਤਰ ਪਾਉਂਦਾ। ਇਹ ਸਾਰੀਆਂ ਹੀ ਪਾਰਟੀਆਂ ਦੀ ਇੱਕ ਕਮੀ ਇੱਥੇ ਮੈਂ ਦੱਸ ਰਹੀ ਹਾਂ। ਪਰ ਜੇਕਰ ਆਪਾਂ ਅਕਾਲੀ ਦਲ ਦੀ ਹੀ ਗੱਲ ਕਰਦੇ ਹਾਂ, ਤਾਂ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਵਿੱਚ ਵੀ ਕੁਝ ਕੁ ਚੀਜ਼ਾਂ ਨੂੰ ਸੁਧਾਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਵੇਂ ਹਾਲ ਹੀ ਦੇ ਵਿੱਚ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਕੱਢੀ ਸੀ, ਉਹ ਪੰਜਾਬ ਬਚਾਓ ਯਾਤਰਾ ਹੁਣ ਕਿੱਥੇ ਹੈ? ਹੁਣ ਪੰਜਾਬ ਦੇ ਮਸਲੇ ਕਿੱਥੇ ਨੇ? ਇੱਥੇ ਅਕਾਲੀ ਦਲ ਵਾਲਿਆਂ ਨੇ ਆਪਣੀ ਕੁਰਸੀ ਬਚਾਉਣ ਦੇ ਚੱਕਰ ਦੇ ਵਿੱਚ ਇਹ ਦੋ ਕਾਰਡ ਕੀਤੇ ਨੇ। ਜਿਹੜੀ ਲੋਕਾਂ ਦੀ ਚੀਜ਼ਾਂ ਨੇ, ਲੋਕਾਂ ਦੇ ਮਸਲੇ ਨੇ, ਇਹ ਉਹਨਾਂ ਤੇ ਕਿਉਂ ਨਹੀਂ ਬੋਲਦੇ? ਦੇਖੋ ਅੱਜ ਵੀ ਆਪਣੇ ਜਿਹੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਤਾਇਨਾਤ ਨੇ। ਪਰ ਇੱਥੇ ਗੱਲ ਇਹ ਹੈ
ਕਿ ਉਹਨਾਂ ਮਸਲਿਆਂ ਦੇ ਉੱਤੇ ਕੋਈ ਵੀ ਲੀਡਰ ਨਹੀਂ ਬੋਲਦਾ। ਇੱਥੋਂ ਤੱਕ ਆਪਣੇ ਸੀਐਮ ਭਗਵੰਤ ਮਾਨ ਵੀ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਤੋਂ ਪਿੱਛਾ ਛੁਡਾਉਂਦੇ ਨਜ਼ਰ ਆਉਂਦੇ ਨੇ। ਬਿਲਕੁਲ ਬਿਲਕੁਲ ਮੈਮ, ਅਗਰ ਦੇਖਿਆ ਜਾਵੇ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਵੀ ਹੈ। ਇੱਕ ਆਪਣੇ ਬੰਦੀ ਸਿੰਘ ਕਾਫੀ ਸਾਲ ਤੋਂ ਜੇਲ੍ਹਾਂ ਚ ਨੇ, ਨਾ ਤਾਂ ਉਹਨਾਂ ਦੀ ਰਿਹਾਈ ਵਾਸਤੇ ਇਹਨਾਂ ਨੇ ਗੱਲ ਕਰੀ। ਹੁਣ ਆਪਾਂ ਲੇਟੈਸਟ ਦੇਖ ਲੈਂਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੋ ਦਿਬਰੂਗੜ੍ਹ ਜੇਲ੍ਹ ਚ ਨੇ, ਨਾ ਇਹਨਾਂ ਨੇ ਕੋਈ ਉਹਨਾਂ ਦੀ ਰਿਹਾਈ ਵਾਸਤੇ ਗੱਲ ਕਰੀ, ਕਿਉਂਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਉਰੇ ਇਲੈਕਸ਼ਨ ਲੜਦਾ ਰਿਹਾ। ਅਗਰ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਬੀਬਾ ਹਰਸਿਮਰ ਕੌਰ ਬਾਦਲ ਜਾਂ ਜਿਹੜਾ ਧੜਾ ਅਲੱਗ ਹੋਇਆ ਬਾਗੀ ਧੜਾ, ਇਹ ਵੀ ਕਿਤੇ ਨਾ ਕਿਤੇ ਉਹ ਸ਼੍ਰੋਮਣੀ ਜਿਹੜੇ ਆਪਣੇ ਬੀਜੇਪੀ ਪਾਰਟੀ ਹੈ ਜਾਂ ਮੋਦੀ ਸਾਹਿਬ ਲਾ ਲਓ ਅਮਿਤ ਸ਼ਾਹ ਲਾ ਲਓ, ਇਹਨਾਂ ਨਾਲ ਅੱਛੀ ਬਣਦੀ ਹੈ, ਉਹ ਕਿਤੇ ਨਾ ਕਿਤੇ ਹੁਣ ਤੱਕ ਬੰਦੀ ਸਿੰਘਾਂ ਨੂੰ ਵੀ ਨਹੀਂ ਰਿਹਾ ਕਰਾ ਪਾਏ, ਨਾ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਐਨ ਐਸ ਏ ਲੱਗੇ ਹੈ, ਨਾ ਉਹਨਾਂ ਦਾ ਐਨ ਐਸ ਏ ਹਟਾ ਪਾਏ, ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨੀ ਕਿ ਜੋ ਇਹ ਕਹਿੰਦੇ ਨੇ ਪੰਥਕ ਪਾਰਟੀ ਹੈ, ਪੰਥਕ ਪਾਰਟੀ ਦੀ ਜ਼ਿੰਮੇਵਾਰੀ ਉਹ ਨਹੀਂ ਨਿਭਾ ਪਾ ਰਹੇ। ਦੇਖੋ ਪੰਥਕ ਪਾਰਟੀ ਹੈ, ਸਭ ਤੋਂ ਪਹਿਲਾਂ ਅਕਾਲੀ ਦਲ ਪੰਜਾਬ ਦੀ ਬਹੁਤ ਪੁਰਾਣੀ ਤੇ ਵੱਡੀ ਪਾਰਟੀ ਆਪਾਂ ਕਹਿ ਸਕਦੇ ਹਾਂ। ਆਮ ਆਦਮੀ ਪਾਰਟੀ ਦਾ ਉਦੋਂ ਨਾਮ ਨਿਸ਼ਾਨ ਹੀ ਨਹੀਂ ਸੀ ਜਦੋਂ ਆਪਣੀ ਇੱਥੇ ਪੰਥਕ ਪਾਰਟੀ ਪੰਜਾਬ ਦੀ ਅਕਾਲੀ ਦਲ ਸੀ। ਅਕਾਲੀ ਦਲ ਦੀ ਪਾਰਟੀ ਦਾ ਇਹ ਜਿਹੜਾ ਮਸਲਾ ਹੁਣ ਫਿਲਹਾਲ ਪੰਜਾਬ ਚ ਚੱਲ ਰਿਹਾ, ਬਿਲਕੁਲ ਇੱਥੇ ਤੁਸੀਂ ਮੈਂ ਤੁਹਾਡੇ ਸਵਾਲ ਤੋਂ ਵੀ ਸਹਿਮਤ ਹਾਂ ਕਿ ਇੱਥੇ ਜਿਹੜੇ ਬੰਦੀ ਸਿੰਘ ਬੰਦ ਨੇ ਜੇਲ੍ਹਾਂ ਦੇ ਵਿੱਚ ਜੋ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ, ਅਜੇ ਤੱਕ ਉਹਨਾਂ ਨੂੰ ਰਿਹਾਈ ਕਿਉਂ ਨਹੀਂ ਦਿੱਤੀ ਗਈ? ਇਸ ਮਸਲੇ ਤੇ ਕੋਈ ਨਹੀਂ ਬੋਲਿਆ ਅੱਜ ਤੱਕ। ਤੇ ਹੁਣੀ ਹਾਲ ਹੀ ਦੇ ਵਿੱਚ ਅੰਮ੍ਰਿਤਪਾਲ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਭਾਈ ਅੰਮ੍ਰਿਤਪਾਲ ਜਿਹੜੇ ਨੇ ਉਹ MP ਬਣ ਚੁੱਕੇ ਨੇ, ਤਾਂ ਵੀ ਉਹ ਜੇਲ੍ਹ ਦੇ ਵਿੱਚ ਨੇ, ਤੇ ਉਹਨਾਂ ਦਾ ਕਸੂਰ ਵੀ ਦੇਖੋ ਕੀ ਹੈ ਇੱਥੇ। ਦੂਸਰੀ ਤੀਸਰੀ ਜਿਹੜੀ ਆਪਾਂ ਗੱਲ ਇੱਥੇ ਲਗਾ ਲੈਂਦੇ ਹਾਂ, ਆ ਹੁਣੇ ਹਾਲ ਹੀ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਨਵਦੀਪ ਜਲਵੇੜਾ ਜਿਹੜੇ ਨੇ ਉਹ ਹੁਣੇ ਹੁਣੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ। ਆਖਿਰ ਉਹਨਾਂ ਦਾ ਕਸੂਰ ਕੀ ਸੀ? ਕਸੂਰ ਉਹਨਾਂ ਦਾ ਇਹ ਸੀ ਕਿ ਉਹ ਸੱਚ ਦੇ ਨਾਲ ਖੜੇ ਸੀ, ਕਸੂਰ ਉਹਨਾਂ ਦਾ ਸਿਰਫ ਇਹ ਸੀ ਕਿ ਉਹ ਸਹੀ ਰਾਹ ਜਿਹੜਾ ਸੀ ਉਹਨਾਂ ਨੇ ਉਹ ਚੂਜ਼ ਕੀਤਾ। ਜੇਕਰ ਉਹ ਵੀ ਏਦਾਂ ਦੇ ਨਸ਼ਾ ਤਸਕਰ ਹੁੰਦੇ ਜਾਂ ਫਿਰ ਨਸ਼ਿਆਂ ਚ ਉਹਨਾਂ ਦਾ ਨਾਂ ਆਉਂਦਾ ਜਾਂ ਫਿਰ ਉਹ ਗੈਂਗਸਟਰ ਹੁੰਦੇ ਤਾਂ ਉਹਨਾਂ ਨੂੰ ਵੀ ਦੇਖੋ ਜੇਲ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਸੋਨੇ ਦੀ ਥਾਲੀ ਦੇ ਵਿੱਚ ਖਾਣਾ ਪਰੋਸ ਕੇ ਦਿੱਤਾ ਜਾਣਾ ਸੀ। ਬਿਲਕੁਲ। ਇੱਕ ਮੈਮ ਆਪਾਂ ਨੂੰ USA ਤੋਂ ਕੁਲਵੰਤ ਸਿੰਘ ਪੁੱਛ ਰਹੇ ਨੇ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਇਸ ਟਾਈਮ ਸਿੱਖੀ ਦਾ ਚਿਹਰਾ ਬਣ ਚੁੱਕੇ ਨੇ, ਕਿ ਉਹਨਾਂ ਦੇ ਡਰ ਨਾਲ ਕਿ ਇਹ ਪਾਰਟੀ ਹੁਣ ਆਪਣਾ ਜਿਹੜਾ ਖੋਇਆ ਹੋਇਆ ਵਜੂਦ ਹੈ ਉਸ ਨੂੰ ਦੁਬਾਰਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? USA ਤੋਂ ਕੁਲਵੰਤ ਸਿੰਘ ਜੀ ਪੁੱਛ ਰਹੇ ਨੇ ਜੀ। ਬਿਲਕੁਲ, ਦੇਖੋ ਜਿੱਦਾਂ ਵੀ ਸਵਾਲ ਤੁਹਾਡੇ ਕੋਲ ਆਉਂਦੇ ਨੇ, ਹਾਲਾਂਕਿ ਜੇਕਰ ਸਾਡੇ ਵਰਗੀ ਆਮ ਜਨਤਾ ਦੀ ਤੁਸੀਂ ਰਾਏ ਲੈਣੇ ਹੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਇੱਥੇ ਸ਼ੁਕਰੀਆ ਵੀ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਜਿਹੜੇ ਚੈਨਲ ਨੇ ਉਹ ਕਿਤੇ ਨਾ ਕਿਤੇ ਸਾਡੀ ਆਵਾਜ਼ ਨੂੰ ਅੱਗੇ ਤੱਕ ਪ੍ਰਮੋਟ ਕਰ ਰਹੇ ਨੇ। ਪਰ ਇੱਥੇ ਗੱਲ ਉਹੀ ਹੈ ਕਿ ਇੱਥੇ ਮੈਂ ਤਾਂ ਦੇਖੋ ਮੈਨੂੰ ਤਾਂ ਸਾਰਾ ਇਹ ਇੱਕ ਪੋਲੀਟੀਕਲ ਸਟੰਟ ਹੀ ਲੱਗਦਾ ਹੈ ਹਰ ਚੀਜ਼ ਦੇ ਵਿੱਚ, ਕਿਉਂਕਿ ਹਰ ਕੋਈ ਆਪਣੀ ਕੁਰਸੀ ਦੇ ਚੱਕਰ ਦੇ ਵਿੱਚ ਹੀ ਆਵਾਜ਼ ਉਠਾਉਂਦਾ ਹੈ, ਹਰ ਕੋਈ ਆਪਣੇ ਲਈ ਆਵਾਜ਼ ਚੁੱਕਦਾ ਹੈ। ਜੇਕਰ ਕੋਈ ਜਨਤਾ ਦੇ ਲਈ ਆਵਾਜ਼ ਚੁੱਕਦਾ ਹੈ ਜਾਂ ਸੱਚ ਦੇ ਲਈ ਆਵਾਜ਼ ਉਠਾਉਂਦਾ ਹੈ ਤਾਂ ਉਹਨਾਂ ਨੂੰ ਤਾਂ ਦੇਖੋ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿੱਦਾਂ ਕਿ ਹਾਲ ਹੀ ਦੀ ਐਗਜ਼ਾਮਪਲ ਆਪਣੇ ਕੋਲ ਨਵਦੀਪ ਜਲਵੇੜੇ ਦੀ ਹੈ, ਤਾਂ ਉਹਨਾਂ ਨੂੰ ਵੀ ਦੇਖੋ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਸੀ। ਅੱਜ ਮੈਂ ਉਹਨਾਂ ਦੇ ਬਹੁਤ ਸਾਰੇ ਬਿਆਨ ਵੀ ਸੁਣ ਲਏ ਨੇ, ਤਾਂ ਇਹਨਾਂ ਮਸਲਿਆਂ ਦੇ ਉੱਤੇ ਚੁੱਪ ਕਿਉਂ ਹੈ ਸਰਕਾਰਾਂ? ਕੋਈ ਵੀ ਸਰਕਾਰ ਹੋਵੇ, ਇੱਥੇ ਆਪਾਂ ਸਿਰਫ ਅਕਾਲੀ ਦਲ ਨਹੀਂ ਸਾਰੀਆਂ ਹੀ ਸਰਕਾਰਾਂ ਦੀ ਗੱਲ ਕਰਦੇ ਹਾਂ, ਪਰ ਇੱਥੇ ਸਾਰੀਆਂ ਚੁੱਪ ਕਿਉਂ ਨੇ? ਇੱਥੇ ਮਸਲਾ ਸਿਰਫ ਕੁਰਸੀ ਦਾ ਪੈਂਦਾ, ਤਾਂ ਕਰਕੇ ਇਹ ਆਪਣੇ ਲਈ ਬੋਲਦੇ ਨੇ। ਬਿਲਕੁਲ ਮੈਮ, ਕੈਨੇਡਾ ਤੋਂ ਬੀਬਾ ਹਰਸਿਮਰਤ ਖੈਰਾ ਇਹ ਮੈਸੇਜ ਕਰ ਰਹੇ ਨੇ ਕਿ ਪੰਜਾਬੀ ਅਗਰ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਉਹ ਤੇ ਦੇਸ਼ ਵਿਰੋਧ ਦਾ ਕੇਸ ਪਾਇਆ ਜਾਂਦਾ, ਅਗਰ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤਾਂ ਉਹਨੂੰ ਦੇਸ਼ ਭਗਤ ਕਿਹਾ ਜਾਂਦਾ,
ਤਾਂ ਸਰਕਾਰ ਕਾਨੂੰਨ ਹੈ ਜਿਹੜਾ ਉਹ ਵੱਖਰਾ ਕਿਉਂ ਹੈ ਪੰਜਾਬ ਇੰਡੀਆ ਚ? ਇਸ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਸਭ ਤੋਂ ਪਹਿਲਾਂ ਤਾਂ ਜੀ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਆਪਣੇ ਦੇਸ਼ ਦੇ ਵਿੱਚ ਸਭ ਤੋਂ ਵੱਧ ਬੇੜਾ ਗਰਕ ਜਿਨ੍ਹਾਂ ਨੇ ਕੀਤਾ ਹੋਇਆ ਉਹ ਲੋਕ ਨੇ ਜੋ ਧਰਮ ਦੇ ਪਿੱਛੇ ਖੁਦ ਤਾਂ ਚਾਪਲੂਸੀ ਕਰਦੇ ਨੇ ਪਰ ਦੂਜਿਆਂ ਦੀ ਕਰਵਾ ਦਿੰਦੇ ਨੇ ਲੜਾਈ। ਇੱਥੇ ਉਹ ਲੋਕ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ, ਲੀਡਰ ਹੋ ਗਏ ਜਾਂ ਫਿਰ ਕੋਈ ਵੀ ਹੋ ਗਿਆ ਜੋ ਧਰਮ ਦੇ ਰਿਲੇਟਿਡ ਰਾਜਨੀਤੀ ਨੂੰ ਲੈ ਕੇ ਚੱਲਦੇ ਨੇ, ਧਰਮ ਦੇ ਨਾਂ ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕਦੇ ਨੇ। ਉਹਨਾਂ ਲੋਕਾਂ ਨੂੰ ਇੱਥੇ ਸਮਝਣਾ ਚਾਹੀਦਾ ਹੈ ਕਿ ਇਹ ਆਪਣਾ ਦੇਸ਼ ਜੋ ਹੈ ਇਸਦੇ ਵਿੱਚ ਲੋਕਤੰਤਰ ਕਿਉਂ ਬਣਾਇਆ ਗਿਆ। ਲੋਕਤੰਤਰ ਮੀਨਸ ਲੋਕਾਂ ਦੀ ਆਪਣੀ ਪਸੰਦ, ਲੋਕਾਂ ਦੀ ਆਪਣੀ ਚੋਇਸ ਹੈ, ਤਾਂ ਇੱਥੇ ਉਹ ਆਪਣੀ ਮਨਮਰਜ਼ੀ ਕਿਵੇਂ ਚਲਾ ਲੈਂਦੇ ਨੇ। ਜਿਵੇਂ ਤੁਸੀਂ ਕਿਹਾ ਕਿ ਜੇਕਰ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਉਸਨੂੰ ਜੇਲ੍ਹ ਚ ਸੁੱਟ ਦਿੱਤਾ ਜਾਂਦਾ ਹੈ। ਪੰਜਾਬੀਆਂ ਨੂੰ ਤਾਂ ਦੇਖੋ ਖਾਲਿਸਤਾਨੀ ਦਾ ਇੱਕ ਟੈਗ ਹੀ ਦੇ ਦਿੱਤਾ ਗਿਆ ਹੈ। ਆ ਹਾਲ ਹੀ ਦੇ ਵਿੱਚ ਜਿੱਦਾਂ ਕੰਗਨਾ ਦੇ ਚਪੇੜ ਮਾਰੀ ਸੀ ਕੁੜੀ ਨੇ, ਤਾਂ ਉੱਥੇ ਹੀ ਆਪਾਂ ਨੂੰ ਦੇਖਣ ਨੂੰ ਮਿਲ ਗਿਆ ਸੀ ਉਹ ਕਿੱਦਾਂ ਦੇਖੋ ਖਾਲਿਸਤਾਨੀ ਕਹਿ ਰਹੀ ਸੀ। ਉਸਦੀ ਭੈਣ ਨੇ ਵੀ ਕਿਤੇ ਨਾ ਕਿਤੇ, ਰੰਗੋਲੀ ਰਣੌਤ ਨੇ ਵੀ ਆਪਾਂ ਨੂੰ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੋ ਗਿਆ, ਆਪਣੇ ਕਿਸਾਨ ਵੀਰ ਹੋ ਗਏ, ਪੰਜਾਬੀ ਵੀਰ ਹੋ ਗਏ, ਇਹਨਾਂ ਨੂੰ ਖਾਲਿਸਤਾਨੀ ਕਿਹਾ ਹੈ। ਤਾਂ ਇੱਥੇ ਆਪਾਂ ਕਿਸੇ ਨੂੰ ਉਂਗਲੀ ਕਿਵੇਂ ਚੁੱਕ ਸਕਦੇ ਹਾਂ? ਆਪਾਂ ਕੀ ਓਨੇ ਸ਼ੁੱਧ ਹਿੰਦੂ ਹੈਗੇ ਹਾਂ ਜਿੰਨਾ ਆਪਾਂ ਦੂਸਰੇ ਨੂੰ ਖਾਲਿਸਤਾਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕਿ ਆਪਣੇ ਵਿੱਚ ਉਹ ਗੁਣ ਹੈਗੇ ਨੇ ਜੋ ਪਰਮਾਤਮਾ ਚਾਹੁੰਦਾ ਹੈ? ਤਾਂ ਇੱਥੇ ਵੱਡਾ ਨਹੀਂ ਬਣਨਾ ਚਾਹੀਦਾ, ਕਿਉਂਕਿ ਵੱਡਾ ਜੇਕਰ ਬਣਾਂਗੇ, ਜੇਕਰ ਆਪਾਂ ਉੱਤੇ ਮੂੰਹ ਕਰਕੇ ਥੁੱਕਦੇ ਹਾਂ ਤਾਂ ਉਹ ਥੁੱਕ ਆਪਣੇ ਮੂੰਹ ਤੇ ਹੀ ਆ ਕੇ ਡਿੱਗੇਗਾ। ਤੇ ਮੈਮ ਗੱਲ ਇਹ ਹੈ ਕਿ ਦੇਖੋ ਖਾਲਿਸਤਾਨ ਦੀ ਆਪਾਂ ਗੱਲ ਤੁਸੀਂ ਚੱਲ ਰਹੀ ਹੈ, ਤਾਂ ਜਿਹੜੇ ਕਿਸਾਨ ਵੀਰ ਨੇ ਅਗਰ ਕੋਈ ਆਪਣੀ ਮੰਗਾਂ ਲੈ ਕੇ ਜਾਂਦਾ ਹੈ ਤਾਂ ਕੋਈ ਮੀਡੀਆ, ਹਿੰਦੁਸਤਾਨ ਦਾ ਮੀਡੀਆ ਲਾ ਲਓ ਜਾਂ ਕੁਛ ਨੇਤਾ ਲਾ ਲਓ, ਉਹ ਸਿੱਧੇ ਉਹਨਾਂ ਨੂੰ ਖਾਲਿਸਤਾਨੀਆਂ ਨਾਲ ਜੋੜ ਲੈਂਦੇ ਨੇ। ਤਾਂ ਇਹ ਵੀ ਕਿਤੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਿਸਾਨ ਤੋਂ ਅਗਰ ਅਨਾਜ ਲੈਣਾ ਪੰਜਾਬ ਤੋਂ ਤਾਂ ਸਾਡਾ ਕਿਸਾਨ ਭਾਈ ਜਦੋਂ ਕੋਈ ਮੰਗ ਦੀ ਗੱਲ ਕਰਦਾ, ਕਿਸਾਨ ਆਪਣੇ ਹੱਕ ਦੀ ਗੱਲ ਕਰਦਾ, ਤਾਂ ਉਹ ਖਾਲਿਸਤਾਨੀ। ਤਾਂ ਤੁਸੀਂ ਦੇਖਿਓ ਉਹਨਾਂ ਖਾਲਿਸਤਾਨੀ ਕਈ ਜਿਹੜੇ ਕਿਸਾਨ ਆਏ ਉਹਦੇ ਵਿੱਚ ਕਈ ਮੀਡੀਆ ਨੇ, ਆਪਣੇ ਇੰਡੀਅਨ ਮੀਡੀਆ ਨੇ, ਤਾਂ ਉਹਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਤੇ ਯੂਪੀ ਦੇ ਕਿਸਾਨਾਂ ਨੂੰ ਵੀ ਅੱਤਵਾਦੀ ਦਾ ਟੈਗ ਦਿੱਤਾ ਗਿਆ। ਦੇਖੋ ਕਿਸਾਨ ਸ਼ਬਦ ਜਿਹੜਾ ਹੈ ਇੱਥੇ ਹੁਣ ਕਿਸਾਨ ਅੰਨਦਾਤਾ ਨਹੀਂ ਰਿਹਾ, ਹੁਣ ਇੱਥੇ ਕਿਸਾਨ ਸਿਰਫ ਖਾਲਿਸਤਾਨੀ ਹੋ ਚੁੱਕਿਆ, ਬਾਗੀ ਹੋ ਚੁੱਕਿਆ, ਆਪਾਂ ਇੱਥੇ ਇਹ ਸ਼ਬਦ ਕਹਿ ਸਕਦੇ ਹਾਂ। ਕਿਉਂ? ਕਿਉਂਕਿ ਇਹ ਸ਼ਬਦ ਉਹ ਲੋਕ ਬੋਲਦੇ ਨੇ, ਜਿੱਦਾਂ ਕਿ ਆਪਣੇ ਦੇਖੋ ਆਪਾਂ ਰਾਸ਼ਟਰ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਨੇ ਜੋ ਚਾਹੁੰਦੇ ਨੇ ਕਿ ਹਿੰਦੁਸਤਾਨ ਜਿਹੜਾ ਹੈ ਉਹ ਸਿਰਫ ਹਿੰਦੂਆਂ ਦਾ ਹੈ, ਪਰ ਨਹੀਂ, ਜਿੰਨਾ ਆਪਾਂ ਆਪਣੀ ਸੰਸਕ੍ਰਿਤੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਕੀ ਹੈ ਕਿ ਭਾਰਤ ਦੇਸ਼ ਦੇ ਵਿੱਚ ਅਲੱਗ ਅਲੱਗ ਧਰਮ ਦੇ, ਜਾਤ ਦੇ, ਨਸਲਾਂ ਦੇ ਲੋਕ ਰਹਿੰਦੇ ਨੇ। ਇੰਨੇ ਲੋਕ ਬਾਕੀ ਜਿਹੜੇ ਆਪਾਂ ਕੰਟਰੀਜ਼ ਦੀ ਗੱਲ ਕਰਦੇ ਹਾਂ ਉੱਥੇ ਦੇਖੋ ਸਿਰਫ ਧਰਮ ਇੱਕ ਜਾਂ ਦੋ ਨੇ, ਪਰ ਆਪਣੇ ਹਿੰਦੂ ਇੱਥੇ ਭਾਰਤ ਦੇ ਵਿੱਚ ਕਿੰਨੇ ਧਰਮ ਦੇਖੋ, ਕਿੰਨੇ ਧਰਮ ਨੇ। ਤਾਂ ਇੱਥੇ ਲੋਕਾਂ ਨੂੰ ਧਰਮਾਂ ਦੇ ਪਿੱਛੇ ਲੜਨਾ ਨਹੀਂ ਚਾਹੀਦਾ, ਬਲਕਿ ਅੱਗੇ ਆ ਕੇ ਸਹਿਜਤਾ ਦੇ ਨਾਲ, ਭਾਈਚਾਰੇ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਸਿਚੁਏਸ਼ਨਾਂ ਨੇ ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ ਹੈ। ਕਿਉਂਕਿ ਦੇਖੋ ਇਹ ਕਿਤਾਬੀ ਗਿਆਨ ਚ ਸੋਹਣਾ ਲੱਗਦਾ ਹੈ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਭਾਈ ਭਾਈ, ਇਹ ਕਿਤਾਬੀ ਗਿਆਨ ਸੀ, ਪਰ ਅੱਜ ਦੀ ਡੇਟ ਦੇ ਵਿੱਚ ਮੈਨੂੰ ਨੀ ਲੱਗਦਾ ਇਹ ਸਾਰਾ ਭਾਈਚਾਰਾ ਜਿਹੜਾ ਹੈ ਇਹ ਕੰਮ ਆ ਰਿਹਾ ਹੈ। ਦੇਖੋ ਮੈਮ ਗੱਲ ਇਹ ਹੈ ਕਿ ਹੁਣ ਆਪਾਂ ਗੱਲ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ, ਜਿਹੜਾ ਦੋ ਪਾੜ ਹੋਏ ਨੇ, ਤਾਂ ਕਿਤੇ ਨਾ ਕਿਤੇ ਨਾ ਤਾਂ ਬੀਬਾ ਹਰਸਿਮਰ ਕੌਰ ਬਾਦਲ ਨੇ ਜਿਹੜਾ ਕਿ ਖਾਲਿਸਤਾਨੀਆਂ ਦਾ ਟੈਗ ਦਿੱਤਾ ਗਿਆ ਉਹ ਸੈਂਟਰ ਵੱਲੋਂ ਦਿੱਤਾ ਗਿਆ, ਕੁਛ ਹਿੰਦੂ ਕੱਟੜ ਹਿੰਦੂ ਲਾ ਲਓ ਜਾਂ ਕੁਛ ਦੇਸ਼ ਭਗਤ ਲਾ ਲਓ ਜਾਂ ਜੋ ਵੀ ਲਾ ਲਓ, ਇਹ ਉਹਨਾਂ ਵੱਲੋਂ ਟੈਗ ਦਿੱਤਾ ਗਿਆ। ਤੇ ਨਾ ਤਾਂ ਬੀਬਾ ਹਰਸਿਮਰ ਕੌਰ ਬਾਦਲ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਨਾ ਸਾਡੇ ਹੁਣ ਜਿਹੜੇ ਐਮ ਪੀ ਬਣੇ ਨੇ ਕਾਂਗਰਸ ਦੇ
ਸੱਤ ਬੜੇ ਉਹਨਾਂ ਨੇ ਹਾਲ ਤੱਕ ਇਸ ਗੱਲ ਦਾ ਮੁੱਦਾ ਉਠਾਇਆ, ਤੇ ਕਿਸੇ ਨਾ ਕਿਸੇ ਨੇ ਹਾਲ ਤੱਕ ਐਮਪੀ ਨੇ ਇਹ ਨਹੀਂ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਕਿਉਂ ਜਾਣ ਬੁੱਝ ਕੇ ਖਾਲਿਸਤਾਨੀਆਂ ਦਾ ਟੈਗ ਦਿੱਤਾ ਜਾਂਦਾ, ਕਿਉਂ ਬਦਨਾਮ ਕੀਤਾ ਜਾਂਦਾ ਪੂਰੇ ਇੰਡੀਆ ਚ। ਬਿਲਕੁਲ ਜੀ ਬਿਲਕੁਲ, ਹਰਸਿਮਰਤ ਕੌਰ ਆਪਣੇ ਦੇਖੋ ਨਹੀਂ ਬੋਲੇ ਇਸ ਵਿਸ਼ੇ ਤੇ, ਹੋਰ ਵੀ ਜਿਹੜੇ ਆਪਣੇ ਸਪੀਕਰ ਨੇ ਉਹ ਨਹੀਂ ਬੋਲੇ। ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ, ਵੱਡੇ ਵੱਡੇ ਅਹੁਦਿਆਂ ਤੇ ਨੇ, ਪਰ ਤਾਂ ਵੀ ਬੋਲਣ ਦੀ ਉਹਨਾਂ ਕੋਲ ਹਿੰਮਤ ਨਹੀਂ ਹੈ। ਕਿਉਂ? ਕਿਉਂਕਿ ਸਾਹਮਣੇ ਉਹਨਾਂ ਦੇ ਕੋਈ ਕੱਟੜ ਹਿੰਦੂਵਾਦੀ ਬੰਦਾ ਖੜਾ ਹੈ, ਇਸ ਕਰਕੇ ਨਹੀਂ ਉਹ ਬੋਲਦੇ, ਜਾਂ ਫਿਰ ਉਹਨਾਂ ਨੂੰ ਆਪਣੀ ਜਾਨਾਂ ਦਾ ਖਤਰਾ ਹੈ ਇਸ ਕਰਕੇ ਨਹੀਂ ਬੋਲਦੇ, ਜਾਂ ਫਿਰ ਉਹਨਾਂ ਨੂੰ ਆਪਣੀ ਕੁਰਸੀਆਂ ਦਾ ਡਰ ਹੈ ਉਹ ਤਾਂ ਨਹੀਂ ਬੋਲਦੇ। ਇੱਥੇ ਦੇਖੋ ਕਿਤੇ ਨਾ ਕਿਤੇ ਇਹਨਾਂ ਮੁੱਦਿਆਂ ਦੇ ਬਾਰੇ ਖੁੱਲ ਕੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਇਹ ਟੈਗ ਜਿਹੜਾ ਜਿਹੜਾ ਤੁਸੀਂ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਸੀ, ਤਾਂ ਇੱਥੇ ਕੇਂਦਰ ਸਰਕਾਰ ਨੇ ਤਾਂ ਪੰਜਾਬ ਦੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਹੈ। ਜੇਕਰ ਆਪਾਂ 26 ਜਨਵਰੀ ਦੀ ਜਾਂ ਪਿਛਲੀ 26 ਜਨਵਰੀ ਦੀ ਗੱਲ ਕਰਦੇ ਹਾਂ ਤਾਂ ਦੇਖੋ ਝਾਂਕੀ ਪੰਜਾਬ ਦੀ ਜਿਹੜੀ ਨਹੀਂ ਦਿਖਾਈ ਗਈ, ਕਿੱਡੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਇੱਕ ਸੂਬਾ ਹੈ ਤੇ ਇਸਨੂੰ ਪਛਾੜਿਆ ਗਿਆ, ਇਸਨੂੰ ਜਾਣ ਬੁੱਝ ਕੇ ਅੱਗੇ ਨਹੀਂ ਲਿਆਇਆ ਗਿਆ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਦੇ ਵਿੱਚ ਕਿੰਨਾ ਦਮ ਹੈ। ਬਿਲਕੁਲ ਮੈਮ, ਮਗਰ ਆਪਾਂ ਹੁਣ ਗੱਲ ਕਰਦੇ ਹਾਂ, ਦੁਬਾਰਾ ਇਸ ਟੋਪਿਕ ਤੇ ਆਉਂਦੇ ਹਾਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੋ ਪਾੜ ਹੋਇਆ ਹੈ, ਤਾਂ ਸਾਨੂੰ ਲੱਗਦਾ ਕਿ ਜਿੰਨਾ ਗੁਨੇਗਾਰ ਅਗਰ ਬਾਦਲ ਪਰਿਵਾਰ ਹੈ, ਮੈਂ ਕਹਿਣਾ ਚਾਹੁੰਦਾ ਬਾਦਲ ਪਰਿਵਾਰ ਜਿਹਦੇ ਵਿੱਚ ਮਜੀਠੀਆ ਸਾਹਿਬ ਵੀ ਆ ਜਾਂਦੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਬਾਦਲ, ਜਾਂ ਉਹਨਾਂ ਦੇ ਕਿਹੜੇ ਗਰੁੱਪ ਨੂੰ ਕਹਿ ਦਈਏ, ਜਿੰਨਾ ਦੋਸ਼ੀ ਨੇ ਤਾਂ ਇਹਦਾ ਮਤਲਬ ਜਿੰਨੇ ਹੁਣ ਜਿਹੜੇ ਬਾਗੀ ਨੇਤਾ ਨੇ ਇਹ ਵੀ ਉਹਨੇ ਦੋਸ਼ੀ ਨੇ, ਤਾਂ ਜਾਂ ਤਾਂ ਅਗਰ ਉਹ ਮਾਫ਼ੀ ਮੰਗ, ਜੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਪ੍ਰਕਾਸ਼ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ, ਤਾਂ ਕਿਤੇ ਨਾ ਕਿਤੇ ਉਨੀ ਹੀ ਸਜ਼ਾ ਦੇ ਹੱਕਦਾਰ ਜਿਹੜਾ ਇਹ ਬਾਗੀ ਧੜਾ ਹੈ ਉਹਨੂੰ ਵੀ ਉਨੀ ਹੀ ਸਜ਼ਾ ਦੇ ਹੱਕਦਾਰ ਹੋਣੇ ਚਾਹੀਦੇ ਨੇ। ਬਿਲਕੁਲ ਜੀ ਬਿਲਕੁਲ, ਦੇਖੋ ਜੇਕਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਇਹ ਸਾਰੇ ਜੇਕਰ ਜ਼ਿੰਮੇਦਾਰ ਨੇ ਮਜੀਠੀਆ ਹੋਵੇ, ਤਾਂ ਫਿਰ ਦੇਖੋ ਚੰਦੂ ਮਾਜਰਾ ਹੋ ਗਿਆ, ਰੱਖੜਾ ਸਾਹਿਬ ਹੋ ਗਏ, ਜਾਂ ਫਿਰ ਬੀਬੀ ਜਗੀਰ ਕੌਰ ਹੋ ਗਏ, ਕਿਉਂਕਿ ਇਹ ਪਾਰਟੀ ਦੇ ਮੈਂਬਰ ਨੇ, ਤਾਂ ਇਹ ਵੀ ਬਰਾਬਰ ਦੇ ਹੱਕਦਾਰ ਸੀ, ਇਹ ਵੀ ਬਰਾਬਰ ਦੇ ਗੁਨਹਗਾਰ ਆਪਾਂ ਕਹਿ ਸਕਦੇ ਹਾਂ ਕਿ ਨਾਲ ਸੀ। ਉਸ ਸਮੇਂ ਇਹ ਆਪਣੀ ਆਵਾਜ਼ ਚੁੱਕ ਸਕਦੇ ਸੀ ਹਰ ਮੁੱਦੇ ਦੇ ਉੱਤੇ, ਉਸ ਸਮੇਂ ਇਹ ਬਹਿਸ ਕਰ ਸਕਦੇ ਸੀ, ਬੋਲ ਸਕਦੇ ਸੀ, ਸਮਝਾ ਸਕਦੇ ਸੀ, ਪਰ ਹਾਲਾਂਕਿ ਇਹਨਾਂ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਨੇ ਕਿ ਅਸੀਂ ਤਾਂ ਬਹੁਤ ਸਮਝਾ ਕੇ ਦੇਖਿਆ, ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਵੀ ਇੱਥੇ ਕੋਈ ਨਾ ਕੋਈ ਲਾਲਚ ਹੈ ਕਿ ਇਹ ਸਾਰੇ ਹੁਣ ਅਲੱਗ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਅੱਗੇ ਦੇਖਣਾ ਇਹ ਹੋਏਗਾ ਵੀ ਪਾਰਟੀ ਦਾ ਕੀ ਹਾਲ ਹੋਏਗਾ ਪੰਜਾਬ ਦੇ ਵਿੱਚ। ਅੱਛਾ ਮੈਮ, ਅਗਰ ਲਾਸਟ ਕੁਐਸਚਨ ਮੇਰਾ ਇਹ ਹੈ, ਅਗਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦਿੰਦੇ ਨੇ, ਤਾਂ ਜਿਹੜੇ ਇਸ ਟਾਈਮ ਨੇਤਾ ਨੇ, ਬਾਗੀ ਨੇਤਾ, ਕਿ ਉਹ ਵੀ ਆਪਣੇ ਜੋ ਐਮਪੀ ਦੇ ਹੱਕਦਾਰ ਬਣਦੇ ਨੇ ਜਾਂ ਐਮਐਲਏ ਦੇ ਹੱਕਦਾਰ ਬਣਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਗੁਰਦੁਆਰੇ ਦੇ ਇਲੈਕਸ਼ਨ ਆ ਰਹੀਆਂ ਨੇ, ਕਿ ਉੱਥੋਂ ਕੋਈ ਪ੍ਰਧਾਨ ਕੋਈ ਆਸ ਹੁੰਦੀ ਹੈ ਕਿ ਅਸੀਂ ਇੱਥੇ ਟਿਕਟ ਦੇ ਕੇ ਲੜਾਂਗੇ, ਇਲੈਕਸ਼ਨ ਲੜਾਂਗੇ, ਕਿ ਉਹਨਾਂ ਨੂੰ ਉੱਥੋਂ ਵੀ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਚੀਜ਼ਾਂ ਕਿ ਅਸੀਂ ਵੀ ਇਲੈਕਸ਼ਨ ਨਹੀਂ ਲੜਾਂਗੇ, ਨਾ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਵੀ ਛੱਡਣ, ਨਾ ਉਹ ਇਲੈਕਸ਼ਨ ਲੜਨ 5 ਸਾਲ ਲਈ, ਨਾ ਅਸੀਂ ਇਲੈਕਸ਼ਨ ਲੜਾਂਗੇ। ਦੇਖੋ ਇਹ ਗੱਲ ਆ ਜਾਂਦੀ ਹੈ, ਹਰ ਕਿਸੇ ਨੂੰ ਆਪਣੀ ਕੁਰਸੀ ਪਿਆਰੀ ਹੈ, ਕੋਈ ਕਿਉਂ ਨੀ ਚਾਹੇਗਾ ਕਿ ਜੇਕਰ ਹੁਣ ਮੈਨੂੰ ਮੌਕਾ ਮਿਲੇ ਐਮਪੀ ਬਣਨ ਦਾ ਤਾਂ ਮੈਂ ਕਿਉਂ ਨੀ ਚਾਹਾਂਗੀ। ਤਾਂ ਇੱਥੇ ਕੁਰਸੀ ਦਾ ਸਵਾਲ ਆ ਜਾਂਦਾ ਹੈ, ਬੰਦੇ ਨੂੰ ਆਪਣੀ ਇੱਜ਼ਤ ਦਾ ਹੋ ਜਾਂਦਾ ਹੈ ਕਿ ਚਲੋ ਮੇਰਾ ਨਾਮ ਬਣਿਆ ਹੋਇਆ ਤਾਂ ਮੈਂ ਖੜਾ ਜੇਕਰ ਹੋ ਗਿਆ ਤਾਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਜਿੱਤ ਵੀ ਸਕਦਾ, ਤਾਂ ਸਾਹਮਣੇ ਵਾਲਾ ਇਹ ਸੋਚਦਾ। ਪਰ ਹਾਂ, ਇੱਥੇ ਇੱਕ ਗੱਲ ਤੈਅ ਹੈ ਕਿ ਜੇਕਰ ਇੱਥੇ ਸੁਖਬੀਰ ਬਾਦਲ ਦੀ ਜਗ੍ਹਾ ਕੋਈ ਹੋਰ ਪ੍ਰਧਾਨ ਬਣਦਾ ਹੈ, ਨਵੀਂ ਪ੍ਰਧਾਨਗੀ ਆਉਂਦੀ ਹੈ, ਤਾਂ ਇੱਥੇ ਮੈਨੂੰ ਨੀ ਲੱਗਦਾ ਕਿ ਕੋਈ ਵੀ ਕੰਮ ਪਬਲਿਕ ਦੇ ਨਾਲ ਰਿਲੇਟਿਡ ਹੋਏਗਾ। ਤਾਂ ਵੀ ਇੱਥੇ ਜਿਹੜੇ ਮਸਲੇ ਨੇ ਉਹ ਜਿਹੜੇ
ਏਦਾਂ ਦੇ ਬੇਕਾਰ ਮਸਲੇ ਨੇ, ਇਹਨਾਂ ਦੇ ਉੱਤੇ ਹੀ ਇਹਨਾਂ ਨੇ ਗੱਲਾਂ ਕਰਨੀਆਂ ਨੇ, ਜਿਹੜੇ ਪੰਜਾਬ ਦੇ ਅਸਲੀ ਮੁੱਦੇ ਜੋ ਕਿ ਹਲੇ ਵੀ ਚੱਲਦੇ ਆ ਰਹੇ ਨੇ, ਕਿਉਂਕਿ ਸਾਰੀਆਂ ਹੀ ਪਾਰਟੀਆਂ ਇੱਕ ਮੁੱਦੇ ਤੇ ਤਾਂ ਬਹੁਤ ਕਹਿੰਦੀਆਂ ਨੇ ਕਿ ਅਸੀਂ ਇੱਥੇ ਨਸ਼ੇ ਰੋਕਾਂਗੇ, ਪਰ ਨਸ਼ੇ ਰੁਕਦੇ ਹੋਏ ਤਾਂ ਕਿਤੇ ਦਿਖਾਈ ਨਹੀਂ ਦੇ ਰਹੇ, ਨਸ਼ੇ ਤਾਂ ਦੇਖੋ ਦਿਨ ਪਰ ਦਿਨ ਵੱਧਦੇ ਹੀ ਜਾ ਰਹੇ ਨੇ। ਬਿਲਕੁਲ ਬਿਲਕੁਲ ਮੈਮ, ਦੇਖੋ ਨਾ ਤਾਂ ਪੰਜਾਬ ਦੇ ਵਿੱਚ ਕੋਈ ਗੁੰਡਾਗਰਦੀ ਘਟੀ ਹੈ, ਨਾ ਕੋਈ ਤੁਸੀਂ ਦੇਖਿਆ ਹੁਣ ਜਿਹੜੇ ਪੰਜਾਬ ਪੁਲਿਸ ਐਕਟਿਵ ਹੋਈ ਹੈ। ਮੈਂ ਤਾਂ ਉਹੀ ਗੱਲ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਮੈਂ ਧੰਨਵਾਦ ਕਰਦਾ ਸਾਰੇ ਪੰਜਾਬ ਵਾਸੀਆਂ ਦਾ ਕਿ ਜਿਨ੍ਹਾਂ ਨੇ ਭਗਵੰਤ ਮਾਨ ਜੋ 13-0 ਦੀ ਗੱਲ ਕਰਦੇ ਸੀਗੇ, ਉਹਨਾਂ ਨੂੰ 13 ਚੋਂ 3 ਸਿੱਟਾਂ ਮਿਲੀਆਂ, ਤਾਂ ਉਹਦਾ ਐਕਸ਼ਨ ਟੂ ਰਿਐਕਸ਼ਨ ਇਹ ਹੋਇਆ ਕਿ ਹੁਣ ਕਿਤੇ ਨਾ ਕਿਤੇ ਪੰਜਾਬ ਪੁਲਿਸ ਇੰਨੀ ਐਕਟਿਵ ਹੋ ਗਈ ਤਾਂ ਕਿਤੇ ਨਾ ਕਿਤੇ ਹੁਣ ਜਗ੍ਹਾ ਜਗ੍ਹਾ ਤੇ ਨਸ਼ਾ ਫੜਿਆ ਜਾ ਰਿਹਾ, ਜੋ ਕਿ ਅਗਰ ਆਪਾਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀਗੀ ਸਰਕਾਰ ਕਿ ਹਾਂ ਪੰਜਾਬ 'ਚ ਨਸ਼ਾ ਵਿਕਦਾ, ਪਰ ਹੁਣ ਹਕੀਕਤ 'ਚ ਭਗਵੰਤ ਮਾਨ ਸਾਹਿਬ ਵੀ ਮੰਨ ਰਹੇ ਨੇ ਕਿ ਵਾਕਈ ਪੰਜਾਬ 'ਚ ਨਸ਼ਾ ਸੀਗਾ, ਤਾਂ ਹੀ ਅਸੀਂ ਹਾਰੇ, ਜੋ ਪੰਜਾਬ ਦੇ ਇੱਕ ਵਿਸ਼ੇ ਸੀਗੇ, ਇੱਕ ਮੁੱਦੇ ਸੀਗੇ, ਅਸੀਂ ਉਹ ਤੋਂ ਕਿਤੇ ਨਾ ਕਿਤੇ ਭੜਕੇ ਹਾਂ। ਬਿਲਕੁਲ, ਦੇਖੋ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਤਾਂ ਸ਼ੀਸ਼ਾ ਦਿਖਾਤਾ ਹੈ ਸਰਕਾਰਾਂ ਨੂੰ, ਜਿਵੇਂ ਭਗਵੰਤ ਮਾਨ ਵੀ ਇੱਥੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਹਵਾ ਦੇ ਵਿੱਚ ਹੀ ਆ ਗਏ ਸੀ ਕਿ ਆਹ ਚੀਜ਼ ਅਸੀਂ ਕਰ ਹੀ ਸਕਦੇ ਹਾਂ। ਬੰਦੇ ਨੂੰ ਕੌਨਫੀਡੈਂਸ ਰੱਖਣਾ ਚਾਹੀਦਾ, ਪਰ ਓਵਰ ਕੌਨਫੀਡੈਂਸ ਕਿਤੇ ਨਾ ਕਿਤੇ ਬੰਦੇ ਨੂੰ ਮਾਰਦਾ ਹੈ। ਤਾਂ ਇੱਥੇ ਜਿਹੜੀ ਲੋਕਾਂ ਨੇ ਵੋਟਾਂ ਪਾਈਆਂ ਸੀ, ਉਹ ਵੋਟਾਂ ਇੱਥੇ ਕਿਤੇ ਨਾ ਕਿਤੇ ਜਦੋਂ ਸੀਟਾਂ ਦੀ ਗੱਲ ਆਈ ਤਾਂ 3 ਸੀਟਾਂ ਇੱਥੇ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ, ਤਾਂ ਇੱਥੇ ਕਿਤੇ ਨਾ ਕਿਤੇ ਇੱਕ ਚੰਗਾ ਸ਼ੀਸ਼ਾ ਜਿਹੜਾ ਹੈ ਉਹ ਲੋਕਾਂ ਨੇ ਦਿਖਾ ਦਿੱਤਾ। ਦੂਜੇ ਪਾਸੇ ਹੁਣ ਜਲੰਧਰ ਦੇ ਵਿੱਚ ਤਾਂ ਜਿੱਤ ਗਏ ਕਿਉਂਕਿ ਮਾੜੇ ਮੋਟੇ ਜਿਹੜੇ ਕੰਮ ਇਹਨਾਂ ਨੇ ਕਰਕੇ ਦਿਖਾਤੇ, ਖੁਦ ਜਲੰਧਰ ਦੇ ਵਿੱਚ ਜਾ ਕੇ ਆਪਣੇ ਸੀਐਮ ਬਹਿ ਗਏ ਕਿ ਬਾਕੀ ਮਸਲੇ ਤਾਂ ਦੇਖੋ ਤੁਸੀਂ ਜਿੱਥੇ ਰਹਿ ਰਹੇ ਹੋ ਉੱਥੇ ਉੱਧਰ ਤਾਂ ਦੇਖੋ ਤੁਸੀਂ। ਜੀ ਬਿਲਕੁਲ, ਤੁਸੀਂ ਗੱਲ ਕਰੀ ਹੈ ਕਿ ਜਲੰਧਰ ਸੀਟ ਦੀ, ਜਲੰਧਰ ਸੀਟ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਉੱਥੇ ਜਿੰਨੇ ਵੀ ਪੰਜਾਬ ਦੇ MLA ਨੇ, ਜਿੰਨੇ ਪੰਜਾਬ ਦੇ ਵੱਡੇ ਵੱਡੇ ਮਿਨਿਸਟਰ ਨੇ, ਬੜੇ ਬੜੇ ਨੇਤਾ ਨੇ, ਕਨਵੀਨਰ ਨੇ ਇਹਨਾਂ ਦੇ, ਉਹ ਸਾਰੇ ਉੱਥੇ ਡੇਰਾ ਲਾਇਆ ਹੋਇਆ ਸੀਗਾ। ਉਹਨਾਂ ਨੇ ਇੱਕ ਚੀਜ਼ ਉੱਥੇ ਫਾਲੋ ਕਰੀ, ਲੋਕਾਂ ਦੀਆਂ ਗੱਲਾਂ ਸੁਣੀਆਂ, ਲੋਕਾਂ ਨੂੰ ਆਪਣੇ ਲਾਲਚ ਦਿੱਤਾ, ਜਾਂ ਕਿਤੇ ਨਾ ਕਿਤੇ ਐਸਾ ਕੋਈ ਗੱਲ ਕਹੀ ਗਈ ਲੋਕਾਂ ਨੂੰ ਜਿਹਦੇ ਕਰਕੇ ਜਿੱਤ ਪਾਏ। ਪਰ ਕਿਤੇ ਨਾ ਕਿਤੇ ਅਗਰ ਆਪਾਂ ਗੱਲ ਕਹਿ ਦਈਏ ਕਿ ਉਹ ਇੱਕ ਸਿਟੀ ਦੀ ਗੱਲ ਹੈ, ਪਰ ਇੱਕ ਸਿਟੀ ਨੂੰ ਜਿੱਤਣ ਵਾਸਤੇ ਭਗਵੰਤ ਮਾਨ ਨੂੰ ਪੂਰੀ ਅੱਡੀ ਦਾ ਜ਼ੋਰ ਲਾਉਣਾ ਪਿਆ, ਕਿਤੇ ਨਾ ਕਿਤੇ ਅਣਖ ਦੀ ਇੱਕ ਸੀਟ ਬਣ ਕੇ ਰਹਿ ਗਈ ਸੀਗੀ। ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜੀ ਜੀ ਜੀ, ਇਸ ਬਾਰੇ ਵੀ ਦੇਖੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਲੰਧਰ ਉਹ ਹਾਲਾਂਕਿ ਜਾ ਕੇ ਤਾਂ ਬਹਿ ਗਏ, ਚਲੋ ਜਿੱਤ ਵੀ ਗਏ, ਜੇਕਰ ਜਲੰਧਰ ਵਾਸੀਆਂ ਨੇ ਕੁਝ ਦੇਖਿਆ, ਕੁਝ ਕੰਮ ਕੁੰਮ ਦੇਖੇ, ਤਾਂ ਹੀ ਉਹਨਾਂ ਨੇ ਚਲੋ ਇੱਕ ਮੌਕਾ ਹੋਰ ਦੇਤਾ ਕਿ ਚਲੋ ਠੀਕ ਹੈ ਅਸੀਂ ਤੁਹਾਨੂੰ ਇੱਕ ਮੌਕਾ ਹੋਰ ਦਿੰਦੇ। ਪਰ ਇੱਥੇ ਤੋਂ ਹੁਣ ਉਹਨਾਂ ਨੂੰ ਕੰਨ ਕਰ ਲੈਣੇ ਚਾਹੀਦੇ ਨੇ ਕਿ ਹੁਣ ਦੇਖੋ ਲੋਕਾਂ ਦਾ ਸਵਾਲ ਹੈ, ਹੁਣ ਲੋਕ ਜਿਹੜੇ ਨੇ ਉਹ ਚੰਗੀ ਤਰ੍ਹਾਂ ਰਾਜਨੀਤੀ ਵੀ ਸਮਝਦੇ ਨੇ, ਚਲਾਕੀਆਂ ਵੀ ਸਮਝਦੇ ਨੇ, ਤਾਂ ਹੁਣ ਲੋਕਾਂ ਨੂੰ ਇਹ ਹਰ ਗੱਲ ਪਤਾ ਹੁੰਦੀ ਹੈ, ਤਾਂ ਇੱਥੇ ਹੁਣ ਲੀਡਰਾਂ ਨੂੰ ਸਮਾਰਟ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਬਲਕਿ ਲੋਕਾਂ ਦੇ ਨਾਲ ਮਿਲ ਕੇ ਲੋਕਾਂ ਦਾ ਸਮਰਥਨ ਲੈ ਕੇ ਲੋਕਾਂ ਦੇ ਕੰਮ ਹੀ ਕਰਾਉਣੇ ਚਾਹੀਦੇ ਨੇ। ਬਿਲਕੁਲ ਮੈਮ। ਮੈਡਮ ਮੇਰਾ ਇੱਕ ਲਾਸਟ ਕੁਐਸਚਨ ਹੈ, ਅਗਰ ਸੁਖਬੀਰ ਸਿੰਘ ਬਾਦਲ ਇਸ ਟਾਈਮ ਪ੍ਰਧਾਨ ਜਦੋਂ ਅਹੁਦਾ ਛੱਡ ਦਿੰਦੇ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਸਾ ਚਿਹਰਾ ਕਿਹੜਾ ਹੈ ਕਿ ਜਿਹੜਾ ਪੰਥਕ ਤੌਰ ਤੇ ਮਤਲਬ ਆਵਾਜ਼ ਉਠਾ ਸਕੇ ਪਾਰਟੀ ਦੀ, ਤੇ ਕਿਤੇ ਨਾ ਕਿਤੇ ਰਾਜਨੀਤੀ ਨੂੰ ਵੀ ਨਾਲ ਲੈ ਕੇ ਚੱਲ ਸਕੇ, ਔਰ ਜਿੰਨੇ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਉੱਠਿਆ, ਚਾਹੇ ਉਹ ਪਿੰਡ ਤੋਂ ਲੱਗ ਜਾਈਏ ਜਾਂ ਆਪਾਂ ਸ਼ਹਿਰ ਤੋਂ ਲੱਗ ਜਾਈਏ, ਉਹ ਕਿਵੇਂ ਜਿੱਤ ਸਕਦਾ ਬੰਦਾ, ਔਰ ਕਿਹੜਾ ਚਿਹਰਾ ਕਿਹੜਾ ਹੋ ਸਕਦਾ ਤੁਹਾਡੇ ਹਿਸਾਬ ਨਾਲ? ਬਿਲਕੁਲ, ਦੇਖੋ ਮੇਰੇ ਅਕੋਰਡਿੰਗ ਤਾਂ ਜੀ ਸਭ ਤੋਂ ਵੱਧ ਐਕਸਪੀਰੀਅੰਸ ਜਿਹਨੂੰ ਆਪਾਂ ਕਹਿ ਸਕਦੇ ਹਾਂ
ਉਹ ਬੀਬੀ ਜਗੀਰ ਕੌਰ ਤੇ ਚੰਦੂ ਮਾਜਰਾ ਆਪਾਂ ਕਹਿ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਦੋ ਚਿਹਰੇ ਇੱਦਾਂ ਦੇ ਨੇ ਜਿਹੜੇ, ਚਲੋ ਠੀਕ ਹੈ, ਇਹਨਾਂ ਨੇ ਹੁਣ ਬਹੁਤ ਸਾਰੇ ਲੋਕਾਂ ਨੂੰ ਗੱਲਾਂ ਵੀ ਕਹੀਆਂ ਨੇ, ਮੈਂ ਬਹੁਤ ਬੀਬੀ ਜਗੀਰ ਕੌਰ ਦੇ ਵੀ ਇੰਟਰਵਿਊ ਸੁਣੇ ਨੇ। ਉਹ ਕਹਿੰਦੇ ਕਿ ਜੇਕਰ ਨਵਾਂ ਚਿਹਰਾ ਇੱਥੇ ਆਉਂਦਾ, ਪ੍ਰਧਾਨ ਬਣਦਾ ਹੈ, ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਉਹ ਪਹਿਲਾਂ ਜਿੰਨਾ ਹੋ ਸਕੇ। ਤਾਂ ਮੈਨੂੰ ਕਿਤੇ ਨਾ ਕਿਤੇ, ਚਲੋ ਮੈਂ ਦੇਖਣਾ ਚਾਹਾਂਗੀ ਕਿ ਇੱਥੇ ਬੀਬੀ ਜਗੀਰ ਕੌਰ ਨੂੰ ਜੇਕਰ ਪ੍ਰਧਾਨਗੀ ਮਿਲਦੀ ਹੈ ਤਾਂ ਉਹ ਆਪਣੇ ਹਿਸਾਬ ਨਾਲ ਕਿਸ ਤਰੀਕੇ ਦਾ ਇੱਕ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ ਤਿਆਰ ਕਰਦੇ ਨੇ। ਮੈਮ ਗੱਲ ਇਹ ਹੈ ਕਿ ਦੇਖੋ ਗੱਲ ਇਹ ਆਉਂਦੀ ਹੈ ਕਿ ਅਗਰ ਸੁਖਬੀਰ ਬਾਦਲ ਗੁਨੇਗਾਰ ਨੇ ਤਾਂ ਬੀਬੀ ਜਗੀਰ ਕੌਰ ਜਾਂ ਚੰਦੂ ਮਾਜਰਾ ਜਾਂ ਰੱਖੜਾ ਸਾਹਿਬ ਜਾਂ ਮਲੁੱਕਾ ਸਾਹਿਬ ਇਹ ਵੀ ਦੋਸ਼ੀ ਉਨੀ ਨੇ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਇਹ ਵੀ ਚਿਹਰੇ ਕਿਤੇ ਨਾ ਕਿਤੇ? ਬਿਲਕੁਲ ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਇੱਥੇ ਚਾਂਸ ਤਾਂ ਬਿਲਕੁਲ ਨੀ ਦੇਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਦੋਸ਼ੀ ਸਾਰੇ ਹੀ ਨੇ। ਤੇ ਜੇਕਰ ਇੱਥੇ ਨਵੇਂ ਚਿਹਰੇ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਪ੍ਰਧਾਨਗੀ ਇੱਥੇ ਕਿਸੇ ਨਵੇਂ ਚਿਹਰੇ ਨੂੰ, ਹਾਲਾਂਕਿ ਜੇਕਰ ਦਿੱਤੀ ਗਈ ਤਾਂ ਜੇਕਰ ਉਸ ਬੰਦੇ ਤੋਂ ਜ਼ਿੰਮੇਵਾਰੀਆਂ ਨਾ ਚੁੱਕੀਆਂ ਗਈਆਂ ਤਾਂ ਵੀ ਰਿਸਕੀ ਕੰਮ ਹੈ। ਤਾਂ ਹੁਣ ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ ਕਿ ਜੇਕਰ ਇਹਨਾਂ ਨੂੰ ਮਾਫ਼ੀ ਮਿਲੀ ਹੈ ਤਾਂ ਸੁਖਬੀਰ ਬਾਦਲ ਨੂੰ ਵੀ ਇੱਕ ਮੌਕਾ ਦੇ ਦਿਓ, ਇੱਕ ਚਾਂਸ ਹੋਰ। ਸਹੀ ਜੀ ਜੀ, ਬਹੁਤ ਬਹੁਤ ਧੰਨਵਾਦ ਮੈਮ ਤੁਸੀਂ ਨਾਲ ਜੁੜੇ ਜੀ। ਤਾਂ ਦਰਸ਼ਕੋ ਤੁਹਾਨੂੰ ਜਾਣਦੀ ਹੋ ਕਿ ਆਪਾਂ ਜੋ ਅੱਜ ਵਿਸ਼ਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਗ੍ਰਾਫ ਡਾਊਨ ਹੋਇਆ ਕਿ ਪ੍ਰਧਾਨ ਬਦਲ ਨਾਲ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੋਇਆ ਕਿ ਉਹ ਉੱਠ ਪਾਏਗਾ, ਅਗਰ ਉੱਠ ਪਾਏਗਾ ਤਾਂ ਕਿਹੜਾ ਐਸਾ ਪ੍ਰਧਾਨ ਬਣਾਇਆ ਜਾਵੇ ਜੇ ਉਹ ਕਿ ਰਾਜਨੀਤੀ ਔਰ ਤਾਂ ਜਿਹੜੀ ਆਪਣੀ ਸੰਸਥਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੀ ਨਾਲ ਉਠਾ ਪਾਏਗਾ। ਤੁਹਾਨੂੰ ਪਤਾ ਹੈ ਕਿ ਪਿੰਡਾਂ ਤੋਂ ਲਾ ਕੇ ਸ਼ਹਿਰਾਂ ਤੱਕ ਕਿਤੇ ਨਾ ਕਿਤੇ ਜੋ ਲੋਕ ਨੇ ਉਹ ਇੰਨੇ ਖਫਾ ਨੇ ਕਿ ਇਹਨਾਂ ਦੇ ਰਾਜ ਵਿੱਚ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉਹਨਾਂ ਦੇ ਰਾਜ ਵਿੱਚ ਹੀ ਸਿਰਸੇ ਵਾਲਾ ਬਾਬਾ ਸੀਗਾ ਉਹਨੂੰ ਇੱਕ ਮਾਫ਼ੀਨਾਮਾ ਦਿੱਤਾ ਗਿਆ, ਉਹਨਾਂ ਦੇ ਹੀ ਰਾਹ ਦੇ ਵਿੱਚ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨੇ ਨੇ ਉਹਨਾਂ ਦੀ ਬੇਅਦਬੀ ਹੋਈ ਔਰ ਨਾ ਹੀ ਉਹਨਾਂ ਦੇ ਹੁਣ ਤੱਕ, ਮੈਂ ਨਹੀਂ ਕਹਿੰਦਾ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਇੱਕ ਆਪਣਾ ਮੈਟਰ ਹੈ ਉਹ ਖਤਮ ਹੋਇਆ, ਇਹ ਪਾਰਟੀ ਦੇ ਅੰਦਰੂਨੀ ਮਸਲਾ ਹੈ, ਪਰ ਕਿਤੇ ਨਾ ਕਿਤੇ ਹਾਲ ਤੱਕ ਜਿਹੜੀ ਸੰਗਤ ਹੈ ਲੋਕ ਨੇ ਗੁਰਸਿੱਖ ਸੰਗਤਾਂ ਨੇ ਉਹ ਹੁਣ ਤੱਕ ਵੇਟ ਕਰ ਰਹੀਆਂ ਨੇ ਜਿਹਨਾਂ ਨੇ ਇੱਕ ਦੋਸ਼ੀ ਨੇ ਜਿਹੜੇ ਉਹ ਹੁਣ ਤੱਕ ਉਹਨਾਂ ਨੂੰ ਸਜ਼ਾ ਹੀ ਨਹੀਂ ਮਿਲ ਪਾਈ। ਹਾਲ ਤੱਕ ਇਹ ਨਹੀਂ ਪਤਾ ਕਿ ਦੋਸ਼ੀ ਕੌਣ ਨੇ, ਕਦ ਤੱਕ ਕੇਸ ਚੱਲੇਗਾ ਜਾਂ ਕਦ ਤੱਕ ਸਾਨੂੰ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਇਨਸਾਫ਼ ਮਿਲੇਗਾ, ਜਦਕਿ ਉਹ ਤਾਂ ਜਾਨੀ ਜਾਨ ਨੇ। ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਤਾ ਹੈ ਕਿ ਉਹਦੇ ਦੋਸ਼ੀ ਕੌਣ ਹੈ, ਕਿਹਦੀ ਸ਼ਹਿ ਤੇ ਹੋ ਰਿਹਾ, ਉਹ ਕਿਤੇ ਨਾ ਕਿਤੇ ਅਗਰ ਆਪਾਂ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਤੋਂ ਉੱਤੇ ਕੋਈ ਚੀਜ਼ ਨਹੀਂ, ਉਹਨਾਂ ਨੂੰ ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਈ ਲੋੜ ਨਹੀਂ ਹੈਗੀ ਕਿ ਉਹਨਾਂ ਨੂੰ ਕੋਈ ਇਨਸਾਫ਼ ਦਵਾ ਸਕੇ, ਜੋ ਅਗਰ ਉਹ ਇਨਸਾਫ਼ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਅਸੀਂ ਤਾਕਤ ਹੈ ਜੇ ਉਹ ਇਨਸਾਫ਼ ਦਿੰਦੇ ਨੇ ਤਾਂ ਉਹਦਾ ਕੋਈ ਵਿਰੋਧ ਕਰੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੋ ਧੰਨ ਧੰਨ ਸਿੰਘ ਗੁਰੂ ਮਹਾਰਾਜ ਜੀ ਦੀ ਇੱਕ ਬੇਅਦਬੀ ਹੋਈ ਹੈ ਉਹ ਕਿਹੜੀ ਪਾਰਟੀ ਇਨਸਾਫ਼ ਦਵਾਈ ਪਾਏਗੀ ਜਾਂ ਮੁੱਦੇ 'ਤੇ ਜਿਹਨਾਂ ਨੇ ਕੁਛ ਕਰਿਆ ਉਹਨਾਂ ਨੂੰ ਜੇਲ੍ਹ 'ਚ ਕਰੇ ਪਾਏਗੀ ਜਾ ਕੇ ਕਿਤੇ ਨਾ ਕਿਤੇ ਠੰਡੇ ਵਾਸਤੇ 'ਚ, ਜਿਵੇਂ ਕਿ ਪੰਜਾਬ ਦੇ ਮੁੱਦੇ ਪੈਂਦੇ ਨੇ ਕਿ ਇਹ ਵੀ ਮੁੱਦਾ ਪੈ ਜਾਏਗਾ। ਜਿਹੜੇ ਦੋਸ਼ੀ ਨੇ ਤੁਸੀਂ ਦੇਖਿਆ ਹੋਣਾ ਨੰਗਲ ਜੋ ਡੀ ਆਈ ਜੀ ਸੀਗੇ ਉਹਨਾਂ 'ਤੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹਲਕੀ ਕਲੀਨ ਚਿੱਟ ਮਿਲੀ ਹੈ, ਉਹਨਾਂ 'ਤੇ ਵੀ ਕੇਸ ਸਾਬਿਤ ਨਹੀਂ ਹੋਏ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੋਰਟ ਨੂੰ ਇਹ ਕੋਰਟ ਨੇ ਆਰਡਰ ਕਰੇ ਨੇ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਜੋ ਜਿਹੜੀ ਡਿਊਟੀ ਹੈ ਉਹ ਜੁਆਇਨ ਕਰਾਓ। ਕਿਤੇ ਨਾ ਕਿਤੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਉਹਨਾਂ ਨੇ ਵੀ ਇਸ ਗੱਲ ਨੂੰ ਜੋ ਬੇਅਦਬੀ ਦਾ ਇੱਕ ਮਾਮਲਾ ਹੈ ਤਾਂ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹਨਾਂ ਨੂੰ ਵੀ ਠੰਡੇ ਵਾਸਤੇ ਪਾਉਣ ਦੀ ਕੋਸ਼ਿਸ਼ ਕਰੀਏ।
ਹੁਣ 2.5 ਸਾਲ ਹੋ ਗਏ ਆਮ ਆਦਮੀ ਪਾਰਟੀ, ਇਹਨਾਂ ਨੇ ਵੀ ਕੋਈ ਨਾ ਕੋਈ ਜਿਹੜੀ ਮਸਲਾ ਹੈ ਉਹਨਾਂ ਨੇ ਵੀ ਕਿਤੇ ਨਾ ਕਿਤੇ ਠੰਡੇ ਮਸਤੇ ਚ ਪਾਇਆ ਇਹ ਮਿਸਲਾ, ਜਿਹੜਾ ਮਸਲਾ ਉਹ ਵੀ ਠੰਡੇ ਮਸਤੇ ਪਾਇਆ। ਔਰ ਸਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਜੋ ਟਾਈਮ ਰਹਿ ਗਿਆ ਇਹਨਾਂ ਦਾ 2 ਸਾਲ ਜਾਂ 1.5 ਸਾਲ, ਸਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਮਸਲੇ ਦਾ ਕੋਈ ਸਰਕਾਰ ਹੱਲ ਕਰ ਪਾਏਗੀ। ਹਾਂ, ਰਾਜਨੀਤੀ ਜ਼ਰੂਰ ਹੋਏਗੀ ਕਿਸੇ ਨਾਲ ਨੂੰ ਕਿ ਲੋਕਾਂ ਨੂੰ ਲੜਾਇਆ ਚੜਾਇਆ ਜਾਏਗਾ, ਜਾਂ ਕਿਤੇ ਨਾ ਕਿਤੇ ਜੋ ਪਬਲਿਕ ਹੈ ਜਾਂ ਲੋਕ ਨੇ ਜਿਹੜੇ ਲੋਕਤੰਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਕ 'ਚ ਗੱਲ ਕਰਦੇ ਨੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੇ ਉਹ ਜੇਲ੍ਹਾਂ 'ਚ ਹੀ ਧੱਕਦੀਆਂ ਰਹਿਣਗੀਆਂ। ਉਹਨਾਂ ਦੇ ਐਨਐਸਏ ਲਾਇਆ ਜਾਏਗਾ, ਉਹਨਾਂ 'ਤੇ ਕਿਤੇ ਨਾ ਕਿਤੇ ਕਿਸੇ ਪ੍ਰਕਾਰ ਦੇ ਕੇਸ ਪਾਏ ਜਾਣਗੇ। ਕਿਤੇ ਨਾ ਕਿਤੇ ਜਿਹੜੇ ਕੁਝ ਚੈਨਲ ਨੇ ਇਹ ਚੀਜ਼ਾਂ ਦੀ ਆਵਾਜ਼ ਉਠਾਉਂਦੇ ਨੇ, ਪੰਜਾਬ 'ਚ ਨਸ਼ਾ ਵੱਧ ਹੈ ਜੀ, ਪੰਜਾਬ 'ਚ ਗੁੰਡਾਗਰਦੀ ਵੱਧ ਗਈ ਜੀ, ਪੰਜਾਬ 'ਚ ਮਾਹੌਲ ਖਰਾਬ ਹੋ ਗਿਆ, ਜਾਂ ਤਨ ਤਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਜਿਹੜੀ ਬੇਅਦਬੀ ਹੋਈ ਹੈ ਉਹਦਾ ਇਨਸਾਫ਼ ਨਹੀਂ ਮਿਲਿਆ। ਜੋ ਵੀ ਚੈਨਲ ਉਠਾਉਂਦਾ ਹੈ ਸਰਕਾਰਾਂ ਉਹਨਾਂ ਦੇ ਪਰਚੇ ਪਾਉਂਦੀਆਂ ਨੇ, ਉਹਨਾਂ ਦੇ ਚੈਨਲ ਬਲੌਕ ਕਰ ਦਿੰਦੇ ਨੇ। ਤਾਂ ਇਹ ਵੀ ਇੱਕ ਬਹੁਤ ਬੜੀ ਸਾਨੂੰ ਕਹਿ ਰਹੇ ਹੋ ਅਤੇ ਚੈਨਲ ਵਾਲਿਆਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਦਰਸ਼ਕੋ, ਅਗਰ ਐਸੇ ਵਿਸ਼ੇ 'ਤੇ ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਤਾਂ ਤੁਹਾਨੂੰ ਕੀ ਲੱਗਦਾ ਕਿ ਆਖਿਰ ਸਰਕਾਰਾਂ 'ਚ ਕਿੱਥੇ ਕਮੀਆਂ ਨੇ, ਜਾਂ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਜਥੇਬੰਦੀਆਂ, ਉਹ ਵੀ ਕਿਤੇ ਨਾ ਕਿਤੇ ਪਿੱਛੇ ਹਟਦੀਆਂ ਨੇ, ਜਾਂ ਉਹਨਾਂ ਮੁੱਦਾ ਸੀਰੀਅਸ ਨਹੀਂ ਲੈ ਕੇ ਜਾਂਦੀਆਂ ਜਿਹਦੇ ਨਾਲ ਕਿ ਆਪਾਂ ਨੂੰ ਇਨਸਾਫ਼ ਮਿਲ ਪਾਏ। ਤਾਂ ਦਰਸ਼ਕੋ, ਸਾਡੇ ਨਾਲ ਜੁੜੇ ਰਿਹਾ ਕਰੋ DC24 ਨਿਊਜ਼ ਨਾਲ, ਇਹ ਤੁਹਾਡਾ ਆਪਣਾ ਚੈਨਲ ਹੈ। ਦੇਸ਼ਾਂ ਵਿਦੇਸ਼ਾਂ ਜਿੰਨੇ ਵੀ ਮੇਰੇ ਦਰਸ਼ਕ ਜੁੜਦੇ ਨੇ ਜਾਂ ਸਾਨੂੰ ਕਾਲ ਕਰਦੇ ਨੇ, ਉਹਨਾਂ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਸੁਰਿੰਦਰ ਸਿੰਘ ਢੀਂਡਸਾ ਨੂੰ ਦਿਓ ਇਜਾਜ਼ਤ, ਐਸੇ ਵਿਸ਼ੇ ਲੈ ਕੇ ਮੈਂ ਜ਼ਰੂਰ ਹਾਜ਼ਰ ਹੋਇਆ ਕਰੂੰਗਾ ਤੁਹਾਡੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।